कालका की जिहड़े आपे बाकी भी जिहड़े जिहड़े नुक्ते आपां उठाए ने हुण फर्ज करो जिवें सृष्टि साजन की गल आउंदी है आप जी दा बचन रुकदा गुस्सा ना करो मैं गुस्सा कहनू करना भगाणी दे जुद बारे आप जी दा बचन चलदा है जी इहदा मतलब जिहड़ा सतगुरां ने अपने हाथ नाल लिखिया ओनू तां असीं मनदे नहीं जे किसे इतिहासकार ने लिख दिता भी भगाणी दा जुद होया ओनू मनदे आ फर्क किथे पै रहा असीं इह सानू नहीं पता तुसीं हुण तुहाडा इह दो गल्लां ने जा इह आप जी इह स्पष्ट करो कि भगाणी दा जुद होया ही नहीं नहीं फर्क इह है कि आपां इक इक फर्क सिर्फ इन्ना है भी एक हिस्सा या मतलब तुसी कह लो भी एक गल नूं पक्के तौर ते यकीनन तौर ते मानदे हो कि विचित्र नाटक उन्हां दी ही रचना है इस गल ते है ना इस करके मानदे आ जी आप नहीं डजंट मैटर मैं आप बेनती नाल उहनां कहदा वो विचार ही करदे हां जी हां जी इह ना समझो भी मैं तुहाडा वचन रोकदा नहीं नहीं क्योंकि सतगुरां ने अपनी बाणी विच इह गल पहलां निबेड़ दित्ती आ उत्ते लिखा उन्होंने एक ओंकार श्री वाहिगुरु जी की फतेह श्री मुख बाग पातशाही दसवी फिर लिखा सतगुरु सच्चे पातशाह महाराज जी ने श्री काल जू की उस्तत दोहरा नमस्कार श्री खड़को करो सोहित चित लाए पूरन करो ग्रंथे तोमोय करो सहाय तरभंगी शांत शुरू हुंदा यह सरलेख जिहड़ा हैगा इक ओंकार श्री वाहिगुरु मैं उच्ची तां बोलदा जी मेरे थोड़ा तुसीं बिलकुल खुश हो रहे मैनूं बहुत प्रसन्नता हो रही तुहाडी गल सुण के सतगुरु सच्चे पातशाह महाराज जी का जिहड़ा इह वचन एक ओंकार श्री वाहिगुरु जी की फतेह श्री मुख वाक पातशाही दसवीं दे सरलेख थले जिहड़ी बाणी आ ओह अखर अखर श्री गुरु कलगीधर महाराज जी की श्री मुख वाक बाणी आ किस आशे नाल उचारण कीती क्यों उचारण कीती ओहदे विच सानूं की सिख्या देण दा सतगुरां ने जतन कीता इह गल्लां स्पष्ट करके क्योंकि आर एस एस वालिआं ने इह मुद्दा तां सांभ लिया जिदा किसी की वेहली जमीन पई हो जायदाद पई हो ओदे ते कोई अपना हक ना जतावे पे मेरी नहीं ये ओ सामने लो कहते तुहाडी नहीं तो मेरी तो हैगी आ अच्छा असल च इस गल ते आप जिन्हें भी आप जी विद्वान हो जिन्हां ते सतगुरु जी की कृपा आ तुहानूं गुरु महाराज जी ने विद्या बख्शी आ सोझी बख्शी आ इहदे डुंघाई च उतरो फिर सतगुरु सच्चे पातशाह महाराज जी ने जे ਉਥੇ ਕਿਤੇ ਰਮਾਇਣ ਲਿਖੀ ਆ ਜੇ ਕ੍ਰਿਸ਼ਨਾ ਅਵਤਾਰ ਲਿਖਿਆ ਨਾਲ ਨਾਲ ਸਤਿਗੁਰੂ ਜੀ ਸਪਸ਼ਟ ਕਰਦੇ ਗਏ ਵੀ ਕਿਉਂ ਲਿਖਿਆ ਇਹ ਉਹਨਾਂ ਦਾ ਮੰਨਣ ਦਾ ਜਾਂ ਪੂਜਣ ਦਾ ਕੋਈ ਮਤਲਬ ਨਹੀਂ ਸੀ ਜਾਂ ਸਾਨੂੰ ਰਾਮ ਦੇ ਜਾਂ ਕ੍ਰਿਸ਼ਨ ਦੇ ਉਪਾਸ਼ਕ ਬਣਾਉਣ ਦਾ ਕੋਈ ਨਿਸ਼ਾਨਾ ਨਹੀਂ ਸੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਜੇ ਰਾਮਾ ਅਵਤਾਰ ਲਿਖਿਆ ਉਹਦੇ ਆਦ ਅੰਤ ਤੇ ਜਾ ਕੇ ਲਿਖ ਦਿੱਤਾ ਵੀ ਭੁਲੇਖਾ ਨਾ ਪਵੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਕਹਿੰਦੇ ਇਹ ਉੱਥੇ ਲਿਖਿਆ ਆ ਰਾਮਾ ਅਵਤਾਰ ਜਿੱਥੇ ਜਾ ਕੇ ਸਮਾਪਤ ਹੁੰਦਾ ਉੱਥੇ ਲਿਖਿਆ ਇਹ ਸ਼ਬਦ ਸਵਈਆ ਪਾਏ ਗਹੇ ਜਬ ਦੇ ਤੁਮਰੇ ਤਬ ਦੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਕੋਈ ਦੇਵੀ ਦੇਵਤਾ ਨਹੀਂ ਗਹਿੋ ਤੁਹਾਰੋ ਦੁਆਰ ਵਾਹੇ ਗਹਿ ਕੀ ਲਾਜ ਅਸ ਗੋਵਿੰਦਾ ਜੇ ਕ੍ਰਿਸ਼ਨਾ ਅਵਤਾਰ ਸਤਿਗੁਰਾਂ ਨੇ ਉਚਾਰਨ ਕੀਤਾ ਤਾਂ ਸਿਰੇ ਅੰਤ ਤੇ ਜਾ ਅੰਤ ਤੇ ਸਤਿਗੁਰੂ ਜੀ ਦੇ ਸ਼ਬਦ ਕ੍ਰਿਸ਼ਨਾ ਅਵਤਾਰ ਸਾਰਾ ਲਿਖ ਕੇ ਅੰਤ ਤੇ ਸਤਿਗੁਰਾਂ ਨੇ ਲਿਖਿਆ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਅਬਰ ਬਾਸ਼ਦਾ ਨਾਹੇ ਪ੍ਰਭ ਧਰਮ ਜੁੱਧ ਕਹਿ ਜਾਏ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਵਈਆ ਉੱਥੇ ਹੈਗਾ ਧੰਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਇੱਥੇ ਜਾ ਕੇ ਸਮਾਪਤੀ ਹੁੰਦੀ ਆ ਜੀ ਕ੍ਰਿਸ਼ਨ ਅਵਤਾਰ ਦੀ ਧੰਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਭ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਇ ਜਹੈ ਤਨ ਬੁੱਧ ਸਦੀਪਕ ਜਿਉਂ ਜੀ ਆ ਰਿਹਾ ਗਿਆਨ ਹੈ ਕੀ ਵਢਣੀ ਮਨੋ ਹੱਥ ਲੈ ਕਾਤਰ ਤਕ ਦੁਆਰ ਬੁਹਾਰੈ ਉਹਦਾ ਸੰਮਤ ਵੀ ਸਤਿਗੁਰਾਂ ਨੇ ਲਿਖਿਆ ਸਤਰਾਂ ਸਹਿ ਪੈ ਤਾਲ ਮੈਂ ਸਾਵਨ ਸੁੱਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਵਹਿ ਸਮੀਪ ਬਿਲਕੁਲ ਠੀਕ ਹੈ ਤੇ ਭੰਗਾਣੀ ਦੇ ਯੁੱਧ ਵਿੱਚ ਆਪ ਜੀ ਦਾ ਜਿਹੜਾ ਵਚਨ ਹੈ ਵੀ ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਜਿਹੜਾ ਹੈਗਾ ਉਹ ਜ਼ਿਕਰ ਨਹੀਂ ਕੀਤਾ ਹੋਰ ਵੀ ਬਹੁਤ ਸਾਰੇ ਯੋਧੇ ਰਹਿ ਗਏ ਜਿਨ੍ਹਾਂ ਦਾ ਕਿਉਂਕਿ ਸਤਿਗੁਰੂ ਜੀ ਨੇ ਸੰਖੇਪ ਵਿੱਚ ਲਿਖਿਆ ਉਹ ਵਾਰਤਕ ਨਹੀਂ ਸੀ ਬਾਣੀ ਆ ਜੀ ਇਸ ਕਰਕੇ ਪੀਰ ਬੁੱਧੂ ਸ਼ਾਹ ਜੀ ਨੂੰ ਜਿਹੜੀ ਨਵਾਜ਼ਿਸ਼ ਸਤਿਗੁਰਾਂ ਨੇ ਕੀਤੀ ਆ ਉਹ ਕੋਈ ਲਿਖਣ ਨਾਲੋਂ ਘੱਟ ਨਹੀਂ ਕੀਤੀ ਕੇਸਾਂ ਦਾ ਕੰਘਾ ਕੇਸਾਂ ਸਮੇਤ ਤੇ ਦਸਤਾਰ ਤੇ ਹੁਕਮਨਾਮਾ ਬਖਸ਼ਿਸ਼ ਕਰਕੇ ਉਹਨਾਂ ਨੂੰ ਕੋਈ ਸਤਿਗੁਰਾਂ ਨੇ ਸਤਿਕਾਰ ਤੋਂ
ਬਾਂਝਿਆਂ ਰੱਖਿਆ ਬਲਕਿ ਸਾਰੇ ਯੋਧਿਆਂ ਨਾਲੋਂ ਜਿਨ੍ਹਾਂ ਦਾ ਲਿਖ ਕੇ ਜ਼ਿਕਰ ਕੀਤਾ ਉਹਨਾਂ ਨਾਲੋਂ ਉਹ ਸਭ ਤੋਂ ਵੱਡਾ ਸਤਿਕਾਰ ਸਾਹਿਬ ਜੀ ਨੇ ਦਿੱਤਾ ਜਿਹਨੂੰ ਸਿਰ ਦਾ ਕੰਘਾ ਹੀ ਦਿੱਤਾ ਆਪਾਂ ਨੂੰ। ਅੱਛਾ ਦੋ ਗੱਲਾਂ ਮੈਂ ਕਰਨੀਆਂ ਸਿੰਘ, ਮੇਰੀ ਪਹਿਲੀ ਗੱਲ ਤਾਂ ਕਿ ਮੈਂ ਤੁਹਾਡਾ ਕਾਇਲ ਹਾਂ ਜਿਹਦੀ ਤੁਹਾਨੂੰ ਬਾਣੀ ਯਾਦ ਹੈ, ਮੈਂ ਬਹੁਤ ਇਸ ਗੱਲ ਦਾ ਇੰਪ੍ਰੈਸ ਹੁੰਦਾ। ਮੇਰੀਆਂ ਸਿਰਫ ਇਹ ਗੱਲਾਂ ਨੇ, ਦੋ ਗੱਲਾਂ ਨੇ ਕਿ ਪਹਿਲੀ ਗੱਲ ਤਾਂ ਤੁਸੀਂ ਹੁਣ ਪਹਿਲਾਂ ਬੁੱਧੀਸ਼ਾਹ ਦੀ ਗੱਲ ਕਰ ਲਈਏ, ਇਹ ਆਪਾਂ ਨੂੰ ਕਿੱਥੋਂ ਪਤਾ ਲੱਗਾ ਵੀ ਦਸਤਾਰ ਦਿੱਤੀ, ਕੰਘਾ ਦਿੱਤਾ ਦੇ ਕੇਸ ਦਿੱਤੇ, ਕਿੱਥੋਂ ਪਤਾ ਲੱਗਾ? ਕੋਟੇ ਸਾਹਿਬ ਅਸਥਾਨ ਬਣਿਆ ਦਸਤਾਰ ਅਸਥਾਨ, ਹਾਂਜੀ ਨਹੀਂ ਥਾਂ ਤੇ ਬਹੁਤ ਬਣੇ ਨੇ, ਪਰ ਆਪਾਂ ਨੂੰ ਪਤਾ ਕਿੱਥੋਂ ਲੱਗਦਾ ਵੀ ਦਸਤਾਰ ਤੇ ਕੰਘਾ ਦੇ ਕੇਸ ਦਿੱਤੇ ਨੇ? ਹਿਸਟਰੀ ਤੋਂ ਲੱਗੂ ਨਾ ਪਤਾ, ਅਸਥਾਨ ਤੋਂ ਜਾ ਕੇ ਹਿਸਟਰੀ ਤੋਂ ਪਤਾ ਲੱਗੂ ਨਾ, ਹਿਸਟਰੀ ਵੀ ਅਸਥਾਨ ਤੇ ਜਾ ਕੇ ਬਣ ਗਈ, ਮੇਰਾ ਮਤਲਬ ਹਿਸਟਰੀ ਤੋਂ ਪਤਾ ਲੱਗੂ ਨਾ, ਹਿਸਟਰੀ ਵੀ ਅਸਥਾਨ ਤੇ ਜਾ ਕੇ ਬਣ ਗਈ। ਪਹਿਲਾਂ ਥੋੜਾ ਜਿਹਾ ਵੀ ਇਹ ਤੁਸੀਂ ਇੱਕ ਵਚਨ ਕੀਤਾ ਸੀ ਵੀ ਹਿਸਟਰੀ ਨੂੰ ਛੱਡ ਦਿਓ, ਨਹੀਂ 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 ਇਹ ਤੁਸੀਂ ਕਹਿੰਦੇ ਵੀ ਆਪਾਂ ਜਦੋਂ ਹਿਸਟਰੀ ਤੁਸੀਂ ਕਹਿੰਦੇ ਗੱਲ ਮੰਨਦੇ ਹੋ ਤੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦੇ, ਹਿਸਟਰੀ ਨੂੰ ਵੀ ਮੰਨਦੇ ਆ। ਦੂਜੀ ਗੱਲ ਇਹ ਹੈ, ਦੂਜੀ ਗੱਲ ਮੈਂ ਬੇਨਤੀ ਕਰਨੀ ਹੈ, ਬੋਲਣਾ ਨਹੀਂ ਕਿਸੇ ਨੇ, ਨਾ ਇਤਿਹਾਸ ਨੂੰ ਵੀ ਮੰਨਦੇ ਆ, ਜਿਸ ਨੂੰ ਮੰਨਦੇ ਆ। ਠੀਕ ਹੈ, ਵਧੀਆ ਗੱਲ ਹੈ, ਵਧੀਆ ਗੱਲ, ਵਧੀਆ ਸਤਿਕਾਰ, ਨਹੀਂ ਮੇਰਾ ਸਤਿਕਾਰ ਕਰਨਾ ਬਿਲਕੁਲ ਨਹੀਂ ਕਰਨਾ, ਮੈਂ ਤੇ ਬਹੁਤ ਐਵੇਂ ਉਲਝਿਆ ਜਿਹਾ ਬੰਦਾ। ਨਹੀਂ ਨਹੀਂ ਦੂਜੀ ਮੇਰਾ, ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਾਂ ਕਿ ਮੇਰਾ ਨਿਸ਼ਾਨਾ ਤੁਹਾਡੇ ਵਾਲਾ ਹੀ ਹੈ, ਮੈਨੂੰ ਨਸ਼ਾ ਹੋ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ, ਨਿਸ਼ਾਨਾ ਤੁਹਾਡੇ ਵਾਲਾ ਹੀ ਹੈ, ਪਰ ਸਿਰਫ ਇਹ ਕਿ ਥੋੜਾ ਜਿਹਾ ਉਲਝੇ ਆ ਦਿਮਾਗ ਦੇ ਵਿੱਚ, ਭੁਲੇਖੇ ਪਏ ਨੇ, ਉਹ ਆਪਾਂ ਕੱਢਣੇ ਨੇ। ਦੂਜੀ ਗੱਲ ਇਹ ਕਿ ਜੇ ਫਰਜ਼ ਕਰੋ ਸਪੋਜ਼ਿੰਗ ਇਹਨਾਂ ਦੇ ਨਾਂ ਥੱਲੇ ਕੋਈ ਮੈਂ ਰਚਨਾ ਲਿਖ ਕੇ ਤੇ ਮੇਰੀ ਮਸ਼ਹੂਰੀ ਨਹੀਂ, ਔਰ ਬਹੁਤ ਸਾਰੇ ਲੋਕ ਇਹ ਕਰਦੇ ਨੇ, ਮੈਂ ਹੁਣ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਹੰਕਾਰ ਲੱਗੂਗਾ, ਪਰ ਮੈਂ ਇਹ ਕਿਉਂਕਿ ਇਹਦੇ ਨਾਲ ਸੰਬੰਧਿਤ ਗੱਲ ਹੈ, ਮੈਂ ਤੁਹਾਨੂੰ ਥੋੜ੍ਹਾ ਜਿਹਾ ਸਪੋਰਟ ਕਰਨ ਦੱਸਣਾ। ਮੈਂ ਕਾਦੀਆਂ ਕਾਲਜ ਪੜ੍ਹਾਉਂਦਾ ਸੀ, ਇਹ ਗੱਲ 67-68 ਦੀ ਗੱਲ ਹੈ, ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਮੇਰਾ ਰੈਪੂਟੇਸ਼ਨ ਬਹੁਤ ਸੀ ਟੀਚਰ ਦੇ ਤੌਰ 'ਤੇ, ਵੀ ਹੁਣ ਵੀ ਮੈਨੂੰ ਬਹੁਤ ਇੱਥੇ ਸਨਮਾਨ ਮਿਲਦਾ ਹੈ, ਤਾਂ ਹੀ ਮੈਂ ਇੱਦਾਂ ਵਿਚਰਦਾ ਹੁੰਦੇ। ਉੱਥੇ ਦੋ ਬੰਦੇ ਆਏ, ਉਹਨਾਂ ਨੇ ਕਿਤਾਬ ਲਿਖੀ ਅਤੇ ਮੈਨੂੰ ਕਹਿੰਦੇ ਆ ਵੀ ਪ੍ਰੋਫੈਸਰ ਸਾਹਿਬ ਵੀ ਅਸੀਂ ਤੁਹਾਡਾ ਕਿਤਾਬ ਦੇ ਵਿੱਚ ਨਾ ਪਾਉਣਾ। ਉਹਨਾਂ ਨੂੰ ਫਾਇਦਾ ਇਹ ਸੀ ਕਿ ਮੈਂ ਮੇਰੀ ਪਾਪੂਲੈਰਿਟੀ ਕਰਕੇ ਕਿਤਾਬ ਜ਼ਿਆਦਾ ਕਾਲਜਾਂ ਦੇ ਜਿਹੜੇ ਲਿੰਕ ਸੀ ਜ਼ਿਆਦਾ ਛਪ ਸਕਦੇ ਸੀ। ਮੈਂ ਆਖਿਆ ਵੀ ਨਹੀਂ, ਇਹ ਮੈਂ ਇਸ ਮਾਣ ਦਾ ਮੈਂ ਹੱਕਦਾਰ ਨਹੀਂ। ਉਹਨਾਂ ਮੈਨੂੰ ਬਹੁਤ ਜ਼ੋਰ ਲਾਇਆ ਅਤੇ ਮੈਂ ਨਹੀਂ ਗੱਲ ਮੰਨੀ, ਜੇ ਉਹ ਮੇਰਾ ਨਾਂ ਪਾਉਣ ਦੇ ਮੈਂ ਉਹਦਾ ਲੇਖਕ ਨਹੀਂ ਸੀ। ਬੜੇ ਲੋਕਾਂ ਨੂੰ ਪੈਸੇ ਦੇ ਕੇ ਲੋਕ ਕੰਮ ਕਰਾਉਂਦੇ ਨੇ, ਉਹਦਾ ਨਾਂ ਕਿਸੇ ਦਾ ਵਰਤਦੇ ਨੇ ਕਿਉਂਕਿ ਮਸ਼ਹੂਰੀ ਉਸ ਬੰਦੇ ਦੀ ਹੁੰਦੀ। ਹੁਣ ਫਰਜ਼ ਕਰੋ ਸਰਦਾਰ ਗੁਰਬਖਸ਼ ਸਿੰਘ ਦੀ ਮਸ਼ਹੂਰੀ ਬਹੁਤ ਹੋ ਜਾਂਦੀ, ਇਹ ਸੁਰਗਵਾਸ ਆਪਾਂ ਸਾਰਿਆਂ ਹੁਣ ਕੀ ਪਤਾ, ਮੈਂ ਜਾਣਾ ਅੱਜ ਇੰਡੀਆ ਅਤੇ ਮੇਰਾ ਹਵਾਈ ਜਹਾਜ਼ ਦਾ ਕੀ ਹੋ ਜਾਂਦਾ ਕੀ ਹੋਣਾ, ਪਰ ਮੇਰੇ ਨਾਲ ਵੱਡੇ ਨੇ, ਜੇ ਮੈਂ ਇਹਦੇ ਤੋਂ ਬਾਅਦ ਰਿਹਾ ਜਿੰਦਾ ਮੇਰੀ ਕੋਈ ਮਸ਼ਹੂਰੀ ਨੂੰ ਕੋਈ ਜਾਣਦਾ ਨਹੀਂ, ਅਤੇ ਜੇ ਮੈਂ ਕੱਲ੍ਹ ਨੂੰ ਸਰਦਾਰ ਗੁਰਬਖਸ਼ ਸਿੰਘ ਦਾ ਨਾਂ ਲਿਖ ਕੇ ਉੱਤੇ ਅਤੇ ਕੁਝ ਵਾਹ ਯਾਦ ਗੱਲਾਂ ਲਿਖਦੇ ਆ ਵੀ ਇਹ ਵੀ ਉਹਨਾਂ ਨੇ ਲਿਖੀਆਂ, ਉਦੋਂ ਫਿਰ ਜਿਹੜਾ ਉਹਦਾ ਤਾਂ ਕਿੱਦਾਂ ਪਤਾ ਲੱਗੂਗਾ, ਸਿਰਫ ਨਾਂ ਤੋਂ ਜੇ ਆਪਾਂ ਕਹਿ ਦਈਏ। ਬੇਨਤੀ ਹੈ, ਮੈਨੂੰ ਇਹਨਾਂ ਦਾ ਪੂਰਾ ਗਿਆਨ ਹੈ, ਇਹਦੇ ਪਿੰਡ ਦਾ ਪਤਾ, ਇਹਦਾ ਜਨਮ ਕਿੱਥੇ ਹੋਇਆ, ਜੇ ਸਭ ਕੁਝ ਮੈਂ ਲਿਖਾਂ ਵੀ ਮੈਂ ਗੁਰਬਖਸ਼ ਸਿੰਘ, ਬੇਨਤੀ ਹੈ ਹਾਂਜੀ, ਸਰਦਾਰ ਆਲਾ ਸਿੰਘ ਦਾ ਸਪੁੱਤਰ ਪਿੰਡ ਕਾਲਾ ਅਫਗਾਨਾ ਆਹ ਲਿਖ ਰਿਹਾ, ਉਹਨੂੰ ਆਪਾਂ ਕਿੱਦਾਂ ਟੈਸਟ ਕਰ? ਮੇਰੀ ਬੇਨਤੀ ਹੈ ਜੀ, ਫਿਰ ਕੋਈ ਵਿਦਵਾਨ ਕੋਈ ਜਿਹੜਾ ਹੈਗਾ ਖੋਜੀ, ਇਹ ਗੁਰਸਿੱਖ ਜਨ ਸਿੰਘ ਜਾਂ ਕੋਈ ਵੀ ਜਿਹੜਾ ਗੁਰਮਤ ਨਾਲ ਗੁਰੂ ਘਰ ਨਾਲ ਸੰਬੰਧ ਰੱਖਣ ਵਾਲਾ ਜਾਂ ਕਿਸੇ ਧਰਮ ਨਾਲ ਵੀ ਸੰਬੰਧ ਰੱਖਣ ਵਾਲਾ ਇਹ ਗੱਲ ਸਪਸ਼ਟ ਕਰ ਸਕਦਾ ਵੀ ਕਦੋਂ ਇਹ ਕਿਸੇ ਨੇ ਲਿਖ ਦਿੱਤਾ ਵੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਤਾਂ ਸਾਰੇ ਪੰਥ ਨੇ ਮੰਨ ਲਿਆ ਇਹਨੂੰ, ਕੋਈ ਦੱਸ ਸਕਦਾ? ਨਹੀਂ ਜੀ, ਇਹ ਤਾਂ ਹੁਣ ਕਿਹੜੇ ਨੇ ਲਿਖਿਆ ਤੇ ਮੰਨ ਲਿਆ ਸਰ, ਇਹ ਤਾਂ ਦੂਜਾ, ਇਹ ਤੇ ਇਹ ਇਹ ਤੇ ਇਹ ਤੇ ਦੂਜਾ ਸਟੈਪ ਹੈ ਜੀ ਬਾਬਾ ਜੀ, ਆਪ ਜੀ ਦੇ ਬਤਨ ਕਰ ਦਿਓ, ਉਹਦੇ ਸਵਾਲ ਤੇ ਮੈਂ ਬੇਨਤੀ ਕਰਦਾ ਵੀ ਕਿਸੇ ਦੇ ਨਾਂ ਥੱਲੇ ਕੋਈ ਜੇ ਲਿਖ ਦੇ, ਇੱਕ ਮਿੰਟ ਪਹਿਲੇ ਗੱਲ ਕਰਨੀ, ਮੇਰੀ ਗੱਲ ਸੁਣੋ, ਮੈਂ ਟਾਈਮ ਨਹੀਂ ਮਿਲਣਾ ਬਿਲਕੁਲ, ਚਲੋ ਕੋਈ ਮੇਰੀ ਗੱਲ ਸੁਣੋ, ਤੁਹਾਡੇ ਕੋਲ ਇੱਕ ਵਿਸ਼ਾ ਤੁਸੀਂ ਟੱਚ ਕੀਤਾ ਸੀ ਵੀ ਸੰਸਾਰ ਦੀ ਬਾਅਦ ਇਹਨੇ ਹੋਰ ਕਿਸੇ ਟਾਈਮ ਲੈਣਾ, ਚਲੋ ਜਿਹੜਾ ਤੁਸੀਂ ਟੱਚ ਕੀਤਾ, ਹਾਂਜੀ ਵਿਚਿੱਤਰ ਨਾਟਕ ਦੇ ਵਿੱਚ ਹੁਣ ਫਿਰ ਆਪਾਂ ਜੇ, ਕਿਉਂਕਿ ਜੇ ਸਾਡੀ ਜੇ ਆਪਣੀ ਪੱਕੀ ਸ਼ਰਧਾ ਹੈ, ਜੇ ਆਪਣੀ ਪੱਕੀ ਸ਼ਰਧਾ ਆ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ, ਫਿਰ ਤੇ ਉਹਨੂੰ ਹਰ ਤਰੀਕੇ ਨਾਲ ਤੁਹਾਡੇ, ਦੂਜੀ ਗੱਲ ਇਹ ਸੀ ਤੁਸੀਂ ਮੈਨੂੰ ਇਹ ਇਹ ਕਿਹਾ ਸੀਗਾ ਵੀ ਤੇਰੇ ਜਿਹੜਾ ਉਚਾਰਨ ਹੈ ਉਹ ਗਲਤ, ਕਿਉਂਕਿ ਤੁਹਾਡੀ ਇਹ ਪੱਕਾ ਯਕੀਨ ਆ ਵੀ ਗੁਰੂ ਸਾਹਿਬ ਨੇ, ਅਸੀਂ ਦੂਜੇ ਪਾਸਿਓਂ ਸੋਚ ਰਹੇ ਵੀ ਕੀ ਵਾਕਿਆ ਹੀ ਲਿਖਿਆ, ਅਸੀਂ ਉਹਨੂੰ ਡੈਵਲਸ ਦੇ ਐਡਵੋਕੇਟ ਬਣ ਕੇ ਵੇਖਣਾ ਚਾਹੁੰਦੇ ਹਾਂ ਵੀ ਕੀ ਇਹ ਗੁਰੂ ਨਾਨਕ ਦੀ ਹੀ ਰਚਨਾ ਹੈ ਕਿ ਨਹੀਂ ਹੈ, ਅਸੀਂ ਉਸ ਪੱਖੋਂ ਵੀ ਵੇਖਣਾ ਵੀ ਸਾਨੂੰ ਕੱਲ੍ਹ ਕੋਈ ਕਿਸੇ ਗੱਲੋਂ, ਅਸੀਂ ਦੂਜੇ ਪਾਸੋਂ ਵੇਖ ਰਹੇ ਹਾਂ ਸ਼ਰਧਾ
ਮੈਨੂੰ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਅੱਖ ਕਰਕੇ ਵੇਖੇ ਜਾਣ ਦੇ ਜਾਏ, ਇਹ ਗੱਲ ਨੀ ਕੋਈ, ਇਹੋ ਅਸੀਂ ਇਹੋ ਹੀ ਵੇਖਣਾ ਵੀ ਕੀ ਇਹ ਵੀ ਰਚਨਾ ਉਸੇ ਗੁਰੂ ਨਾਨਕ ਦੀ ਹੈ ਕਿ ਨਹੀਂ, ਅਸੀਂ ਉਸ ਪੱਖੋਂ ਇਹਨੂੰ ਵੇਖ ਰਹੇ। ਹੁਣ ਜਦੋਂ ਅਸੀਂ ਮਤਲਬ ਰਚਨਾ ਦੀ ਗੱਲ ਕਰਨ ਲੱਗਾ, ਉਹਦਾ ਆਪਾਂ ਜੇ ਜੇ ਪੂਰੀ ਸ਼ਰਧਾ ਵੀ ਉਹਨੇ ਲਿਖਿਆ, ਫਿਰ ਆਪਾਂ ਉਹਦੇ ਮਤਲਬ ਵੀ ਬਦਲ ਦੇਣੇ ਨੇ। ਉਹਨਾਂ ਨੇ ਲਿਖਿਆ ਉਹਨਾਂ ਸ਼ਬਦ ਵਿੱਚ, ਜਿਹੜੀ ਲੈਂਗੁਏਜ ਆਪਾਂ ਗੱਲ ਕਰਨੀ, ਹੁਣ ਅਸੀਂ ਸਿਰਫ ਲੈਂਗੁਏਜ ਤੇ ਹੀ ਗੱਲ ਕਰਨੀ ਆ। ਸਾਡੇ ਸਾਹਮਣੇ ਇੱਕ ਇੱਕ ਇੱਥੇ ਪੇਪਰ ਹੈ ਜਾਂ ਇੱਕ ਆਰਟੀਕਲ ਹੈ, ਅਸੀਂ ਉਹਦੀ ਜਿਹੜੀ ਲੈਂਗੁਏਜ ਆ ਉਹਦੇ ਤੇ ਹੀ ਵਿਚਾਰ ਕਰਕੇ ਗੱਲ ਕਰਨੀ ਆ। ਗੁਰੂ ਨਾਨਕ ਸਾਹਿਬ ਲਿਖਦੇ ਨੇ ਪਹਿਲੀ ਗੱਲ ਤੇ ਆ ਵੀ ਹੁਕਮੀ ਹੋਣ ਆਕਾਰ ਆਕਾਰ, ਹਾਂਜੀ ਆਕਾਰ ਹੁਕਮੀ ਹੋਣ ਆਕਾਰ ਕਰੀ ਕਾਹਲੀ ਨਾ ਮੈਂ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ। ਪਤਾ ਨੀ ਹੁੰਦਾ ਸਾਰਾ ਕੁਛ ਉਹਦੇ ਹੁਕਮ ਚ ਹੈ, ਉਹਦੇ ਜੋ ਨਿਯਮ ਬਣਾਏ ਨੇ ਉਹਨੇ, ਉਹਦੀ ਇੱਛਾ ਨਾਲ ਸਭ ਕੁਛ ਹੁੰਦਾ, ਪਰ ਇਨਸਾਨ ਨਹੀਂ ਕਹਿ ਸਕਦਾ ਹੁਕਮ ਨਾ ਕਿਹਾ ਜਾਏ। ਕਿਉਂਕਿ ਇੱਕ ਗੱਲ ਆਮ ਹੀ ਅਸੀਂ ਸਾਰੇ ਪੁੱਛਦੇ ਹਾਂ, ਕੁਕੜੀ ਪਹਿਲਾਂ ਹੋਈ ਕਿ ਆਂਡਾ ਪਹਿਲਾਂ ਹੋਇਆ, ਕਿਹੜੀ ਚੀਜ਼ ਪਹਿਲਾਂ, ਇਹ ਆਮ ਹੀ ਸਾਰੀ ਅਸੀਂ ਸਵਾਲ ਕਰਦੇ ਹਾਂ ਵੀ ਪਹਿਲਾਂ ਕੁਕੜੀ ਹੋਈ ਕਿ ਆਂਡਾ ਹੋਇਆ। ਗੁਰੂ ਨਾਨਕ ਕਹਿੰਦਾ ਇਸ ਚੱਕਰ 'ਚ ਨਹੀਂ, ਇਹ ਬੰਦਾ ਇਸ ਗੱਲ ਦਾ ਜਵਾਬ ਕਦੇ ਨਹੀਂ ਦੇ ਸਕਦਾ। ਉਹ ਕੋਈ ਹੁਕਮ ਨਾ ਕਿਹਾ ਜਾਏ, ਉਹ ਕਿੱਦਾਂ ਕਰਦਾ ਹੈ ਇਹਦੇ ਇਹਦੇ ਵਿਸ਼ੇ 'ਚ ਨਹੀਂ ਅਸੀਂ ਜਾਣਾ। ਫਿਰ ਕਹਿੰਦਾ ਜਾਸ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੇ, ਇਹ ਉਹ ਕਹਿੰਦੇ ਨੇ। ਇੱਕ ਗੱਲ ਉਹਨਾਂ ਸਪਸ਼ਟ ਜ਼ਰੂਰ ਕੀਤੀ ਹੈ ਸ੍ਰੀ ਰਾਗ ਦੇ ਵਿੱਚ, ਸਾਚੇ ਤੇ ਪਵਨਾ ਪਾਇਆ, ਪਵਨੇ ਤੇ ਜਲ ਹੋਏ। ਕਹਿੰਦੇ ਵੀ ਸਭ ਤੋਂ ਪਹਿਲਾਂ ਸਾਚੇ ਤੇ ਉਹਨੇ ਆਪਣੇ ਆਪ ਤੋਂ ਗੈਸਾਂ ਪੈਦਾ ਕੀਤੀਆਂ, ਗੈਸਾਂ ਤੋਂ ਲਿਕੁਇਡ ਬਣੇ, ਲਿਕੁਇਡ ਤੋਂ ਸਾਲਿਡ ਬਣੇ। ਤੇਰ ਪਵਨ ਦਾ ਮਤਲਬ ਹੈ ਥ੍ਰੀ ਡਾਈਮੈਂਸ਼ਨਲ ਸਾਇੰਟੀਫਿਕ। ਔਰ ਅੱਜ ਸਾਇੰਸਦਾਨ ਬਿਲਕੁਲ ਇਹੋ ਗੱਲ ਕਰਦੇ, ਜਦੋਂ ਕਦੇ ਕਿਸੇ ਨਵੇਂ ਸਟਾਰ ਦੀ ਓਰੀਜਨ ਹੁੰਦਾ ਵੀ ਗੈਸਾਂ ਤੋਂ ਉਹ ਚੀਜ਼ ਬਣ ਰਹੀ ਹੈ, ਪੂਰੀ ਬਿਲਕੁਲ ਉਹ ਗੱਲ ਸਾਹਿਬਾਂ ਦੀ ਠੀਕ। ਬਚਿੱਤਰ ਨਾਟਕ ਦੇ ਵਿੱਚ ਜਦੋਂ ਆਉਂਦੀ ਹੈ ਗੱਲ ਸ੍ਰਿਸ਼ਟੀ ਸਾਜਨ ਦੀ, ਉਹ ਮੈਂ ਤੁਹਾਡੇ ਨਾਲ, ਕਿਉਂਕਿ ਮੈਨੂੰ ਮੇਰਾ ਜਿਹੜਾ ਹਮੇਸ਼ਾ ਆਸ਼ਾ ਆ, ਪ੍ਰਿੰਸੀਪਲ ਮੈਂ ਦੱਸ ਦੇਣਾ, ਹਾਂਜੀ ਇੱਕ ਤਾਂ ਤੇ ਮੈਂ ਲਗਾਲੀ ਤਾਂ ਤੇ ਸਿਸ਼ਟ ਪਈ, ਅੱਗ ਸਿਸ਼ਟ ਦੂਜਾ ਕੰਮ ਤੇ ਮੈਂ ਲਗਾਲਾ ਤਾਂ ਤੇ ਹਾਂ। ਹੁਣ ਇਹ ਕੰਨਾਂ ਦੀ ਹਵਾਲਾ ਦੇਣਾ ਚਾਹੁੰਦੇ ਹੋ, ਦੋ ਗੱਲਾਂ ਬਿਲਕੁਲ ਨਹੀਂ ਬਸ, ਹਾਂਜੀ ਦੋ ਗੱਲਾਂ ਚ ਨਿਕਲਦੀਆਂ ਨੇ, ਉਹਦੇ ਕੰਨ ਹੈਗੇ ਸੀ, ਇਧਰੋਂ ਖੋਲ ਕੇ ਦੇਖੋ, ਅਸੀਂ ਆਪਣੇ ਦੂਸਰੀ ਦੇਖ ਲਈ ਅੰਦਰ ਨਹੀਂ ਦੱਸ ਸਕਦੇ, ਉਹਦੇ ਕੰਨ ਹੈਗੇ ਨੇ, ਕੁਝ ਸਪਸ਼ਟ ਗੱਲ ਹੋ ਗਿਆ, ਔਰ ਕੰਨਾਂ ਚ ਮੈਲ, ਇਹਦਾ ਮਤਲਬ ਪੱਕਾ ਹੋ ਗਿਆ ਵੀ ਅਕਾਲ ਪੁਰਖ ਦਾ ਕੋਈ ਡੈਫੀਨੇਟ ਸਰੂਪ ਹੈ। ਔਰ ਕਈ ਵਾਰੀ ਪਹਿਲਾਂ ਲਿਖਿਆ ਉਹਨਾਂ ਨੇ ਕਿ ਉਹਦੀਆਂ ਚਾਰ ਬਾਹਾਂ ਨੇ, ਇੱਕ 'ਚ ਸੰਖ ਹੈ, ਇੱਕ 'ਚ ਚੱਕਰ ਹੈ, ਇੱਕ 'ਚ ਕਿਰਪਾਨ ਹੈ, ਦੋ ਦਾੜਾਂ ਨੇ ਜਿਹਨਾਂ ਨੂੰ ਵੇਖ ਕੇ ਉਹ ਜਿਹੜੇ ਹੈਗੇ ਨੇ ਦੂਤ ਉਹ ਵੀ ਡਰ ਜਾਂਦੇ ਨੇ। ਉਹਨਾਂ ਸਾਰਾ ਕੁਛ ਇਹ ਸਪਸ਼ਟ ਕਰਕੇ ਸ਼ੇਸ਼ ਨਾਗ 'ਤੇ ਉਹਨਾਂ ਦਾ ਉਹ ਸੌਂਦੇ ਨੇ, ਸ਼ੇਸ਼ ਨਾਗ 'ਤੇ ਉਹ ਸੋਏਬੇ ਕਰੋ ਸੌਂਦੇ ਨੇ ਸ਼ੇਸ਼ ਨਾਗ। ਗੁਰੂ ਨਾਨਕ ਦਾ ਅਕਾਲ ਪੁਰਖ ਕਦੇ ਨਹੀਂ ਸੌਂਦਾ, ਇੱਕੋ ਸਤਿਗੁਰ ਜਾਗ, ਉਹ ਕਹਿੰਦੇ ਉਹਦਾ ਕਦੇ ਅਕਾਲ ਪੁਰਖ ਰੈਸਟ ਦਾ ਮਤਲਬ ਹੀ ਨਹੀਂ ਬਣਦਾ ਕਿ ਉਹ ਸੌਂਦਾ। ਦੂਜੀ ਜਿਹੜੀ ਸ੍ਰਿਸ਼ਟੀ ਦੀ ਹੈਗੀ ਆ ਗੱਲਬਾਤ, ਵੀ ਉਹਨਾਂ ਕੰਨਾਂ 'ਚੋਂ ਮੈਲ ਕੱਢ ਕੇ, ਅਸੀਂ ਇਹਦੇ ਜਿਹੜੇ ਜਿਹੜਾ ਡਾਕੂਮੈਂਟ ਸਾਡੇ ਸਾਹਮਣੇ ਆ, ਇਹਦੇ ਜਿਹੜੇ ਭਾਵ ਨੇ ਵੀ ਕੰਨ 'ਚੋਂ ਮੈਲ ਕੱਢੀ ਆ, ਇੱਕ 'ਚੋਂ ਤੇ ਦੋ ਦੈਂਤ ਬਣਾਏ ਨੇ ਉਹਨਾਂ ਨੇ, ਫਿਰ ਉਹਨਾਂ ਨੇ ਟੈਰਰਲਾਈਜ਼ ਕੀਤਾ ਦੈਂਤਾਂ ਨੇ, ਉਹ ਇੰਨੇ ਬਲ ਵਾਲੇ ਹੋ ਗਏ ਕਿ ਉਹ ਅਕਾਲ ਪੁਰਖ ਉਹਨਾਂ ਤੋਂ ਡਰਨ ਲੱਗ ਪਿਆ, ਉਹ ਆਪਣੀ ਪੂਜਾ ਕਰਾਉਣ ਲੱਗ ਪਿਆ। ਹਾਲਾਂ ਸ੍ਰਿਸ਼ਟੀ ਸਾਜੀ ਦੀ ਪਤਾ ਨਹੀਂ ਪੂਜਾ ਉਹ ਕਿੱਦਾਂ ਕਰਾਉਂਦੇ ਸੀ, ਇਸ ਗੱਲ ਦੀ ਵੀ ਸਮਝ ਨਹੀਂ ਪੈਂਦੀ। ਫਿਰ ਕਹਿੰਦੇ ਆ ਵੀ ਮੈਨੂੰ ਗੁੱਸਾ ਆਇਆ ਤੇ ਮੈਂ ਇੱਕ ਸਕਿੰਟ 'ਚ ਫੜ ਕੇ ਦੋਵਾਂ ਨੂੰ ਮਾਰਤਾ। ਗੁਰੂ ਨਾਨਕ ਦਾ ਜਿਹੜਾ ਰੱਬ ਹੈ ਉਹ ਗੁੱਸੇ ਵੱਲ ਨਹੀਂ ਆਉਂਦਾ, ਉਹ ਨਿਰਭਉ ਹੈ, ਨਿਰਵੈਰ ਹੈ, ਕਿਸੇ ਨਾਲ ਉਹਦਾ ਵੈਰ ਨਹੀਂ, ਕਿਸੇ ਕੋਲ ਡਰਦਾ ਨਹੀਂ, ਉਹਦਾ ਕੋਈ ਸ਼ਰੀਕ ਨਹੀਂ। ਇਹ ਬਾਣੀ 'ਚੋਂ ਥਾਂ ਥਾਂ 'ਤੇ ਸ਼ਬਦ ਆਉਂਦੇ ਨੇ ਕਿ ਤੇਰਾ ਕੋਈ ਸ਼ਰੀਕ ਨਹੀਂ। ਇਹ ਮੈਂ ਥੋੜ੍ਹੇ ਜਿਹੇ ਕੋਟ ਕਰਾਂਗਾ, ਮੈਨੂੰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਵੀ ਜ਼ਬਾਨੀ ਯਾਦ ਨਹੀਂ। ਸਰਦਾਰ ਸਾਹਿਬ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਰੱਬ ਹੈ ਉਹਨੂੰ ਗੁੱਸਾ ਤਾਂ ਨਹੀਂ ਆਉਂਦਾ, ਪਰ ਜੇ ਕੋਈ ਮਸੰਦ ਬਣ ਜਾਵੇ ਤਾਂ ਉਹਨੂੰ ਤੇਲ ਦੇ ਕੜਾਹੇ 'ਚ ਪਾ ਕੇ ਜ਼ਰੂਰ ਗੁਰੂ ਨਾਨਕ ਦਾ ਰੱਬ ਸਾੜਦਾ ਹੈ। ਸਾੜਿਆ ਕਿ ਨਹੀਂ? ਇਹਦਾ ਮਤਲਬ ਕੋਈ ਮਸੰਦ ਨਹੀਂ ਸੀ, ਕੋਈ ਗੁਰੂ ਬੇਇਨਸਾਫੀ ਤੁਸੀਂ ਕਰ ਰਹੇ, ਤੁਸੀਂ ਬੇਇਨਸਾਫੀ ਕਰ, ਅਸੀਂ ਗੱਲ ਸਿਰਫ ਸਾੜਨ ਦੀ ਕਰ ਰਹੇ। ਇਹ ਨੀ ਕਹਿੰਦੇ ਵੀ ਮਸੰਦ ਹੈ ਨਹੀਂ ਸੀ। ਉਹਦੇ 'ਚ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਬੇਨਤੀ ਕਰਾਂ, ਜਦੋਂ ਬਾਬਾ
बाबा राम राय जी औरंगजेब नूं मिलण तों बाद जिथों ना बाणी वी बदली भी मिट्टी बेईमान की वापस गए ने ते गुरु हर राय साहब ने कहा भी मेरे मत्थे नहीं लगूंगा तू जेड़े पासे तेरा मुंह है उधर नूं वापस जा। बाबा राम राय जी नूं किसे ने मुंह नहीं लाया कोई थां नहीं सी वह वापस औरंगजेब कोल आए। औरंगजेब ने उन्हें स्पैशल देहरादून च जगह बना के दी उन्होंने उत्थे रखे और कड़ाए भी देहरादून च ही ने उत्थे क्यों ने कड़ाए देहरादून च की कड़ाया ना काम है ये मतलब छेवे पातशाह महाराज जी ने फिर युद्ध करके उस युद्ध में किसी ने मारिया नहीं कोई लड़ाई नहीं साबित कर दे गुरु साहब ने आप की हो गल पे समझाया भी है और फटाफट भी नहीं मलम भी लाई है पानी भी पिलाया फिर जे गल पे तो मरिया तीर मारदा जी पुज के गुरु ने किसे नहीं मारिया ए जे गल करिए बुरजम चार लड़ाए ने उहदे जे ते औरंगजेब च फर्क ना रहिंदा जे ओह भी कदे सुट दिंदे असीं ओही कहिंदे आ सिंघां नाल ऐ जुल्म कीते क्योंकि बस पए होए सी जंग करदे सिंघां नाल कदे कदे जो मर्जी होवे सानूं इतराज नहीं फड़ के बन्न के उहनां दे पोटा पोटा करना मास तोड़ना गुरु च की फर्क रह गया जे उन्होंने सुट दिता यह गल गलत है। एक गल ही कह देनी जय दरकार गल मुकी बाकी रही गल मेरे वीर जी मैं जिस तरह स्टडी की हुई है जिन्हें भी हिंदुआ के मंदिर ने यूपी च ने 80% बाहर निकले ये भी याद करो और जिन्हें बने ने कि उथे भी बनया जिथे हनुमान ने सूरज खा रहा है उथे भी मंदिर है और फिर एक तो 51 मंदिर ये ने भी इन्हों का अपने दक्ष ने किया यग ते अपने शिव जी कहना मैं नहीं जाना उसकी औरतों की सती से उसका नाम चलेगी उत्थे जाके उसकी बेदबी हो जाए वह अग च पा के साड़ सड़ के मर गई। ये आया आन के सहरा वढ़ के उसके सिर ते लाता बकरे का मूँह तो औरत अपनी का मोया शरीर चुक के तुरै फिरया उस लिखा दिया भी 10,000 साल तुरै रहा आखिर विष्णु नूं आया रंज तो उन्होंने मारिया सुदर्शन चक्र तो 51 टोटे हुए तो जिथे जिथे वह डिगे ने उत्थे पीठ के मंदिर ने हूँ इन्ने सैकड़िया मीलों चो डिगे ने जिथे 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 थण डिगे ने थणा का जिथे जबान डिगी उतों का किड़ा बहुत सी जी ये सरदार जी लिखित मुताबक हर थां मंदिर बन गए 51 पीठा बन गए लिखित मुताबक जो उस लिखा सी सूरज अज तक किसी ने खाधा नहीं उथे मंदिर बने उथे भी मंदिर बने हुए ने फिर जिथे हूँ कपाल मोचन एडी वाहियात किस्म की मगर कहानी है जरा बन नहीं सकता मंदिर किताब च लिखी हुई हूँ जिथे नावल लिखा उन्हें अपने ने की नाम भाई वीर सिंह ने सुंदरी सुंदरी का गुरद्वारा बन गया मतलब तो यह है जो किताबा च बनते हैं वो मुताबक ये थां बन जाते रहे। मेरी सिर्फ एक गुजारिश यह है भी साडा जिन्हां बंदियां नूं गुरु साहब ने सतगुर सूरा आख्या उहदे जंगलां च रहे जिन्हां नूं इह हो गया भी सिरां दे मुल पैणे होए ते अपनी जूझ दे सी भी हलीमी राज भी कायम करिए ते जालमां कोलों बचिए उहदे घर छड बैठे ते साडे घरां दे मालक उह बण गए जिहड़े सानूं हिंदू बणाउणा चाहुंदे सी साडे धार्मिक ग्रंथां 200 साल लगातार साडे सारे ग्रंथ साडे सारे धर्म स्थान उहनां कोल रहे जिन्हां ने साडा लोह पीना सी जिहड़ा इह कहिंदे सी भी हौली हौली इह खत्म हो जाण ते उह सारे रवाज बणे उन्होंने जो कुछ बनाया उही साडीआं रवीजां हुण तुसीं ते कहिंदे हो मैं भी ठीक है तुसां बचन बोले संतां दे बचन ने आपां सत्कार करने आ। एक ओंकार वाहिगुरू जी की फतेह एक ओंकार सतनाम करता पुरख निरभउ निरवैर अकाल मूर्त अजूनी सहिपंग या एक ओंकार सतगुर प्रसाद इह खंडना किहने कीती बई एक ओंकार मैना भी रब ते वाहिगुरु जी का भी रब यह किन बनाया ते कदों बनाया ये गुरु नानक दी बाणी दी खंडना किन की थी? फिर गुरु ग्रंथ साहब दी बाणी दी खंडना है और इहदे बारे दे विचार करदे ने फट कह देने गुरु गोबिंद सिंह ने जदों असीं इह फोलना ही नहीं भी ये वेखिए सही भी कि गुरु ने गलत यह लिखा ही ना हो जे पक्का ही विश्वास है उन्होंने ही लिख लिया
फिर कोई गल नहीं। बिल्कुल अखर अखर पढ़िया, अखर अखर बचा रहा, एद समा कड़ लो, फिर देर ना कर लीए, जरूर आपा को बहस नहीं करनी, क्योंकि ए पंथ नु नुकसान हो रहा। बिल्कुल, बाकी इस गल ते आई है, आर एस एस का जवाब किदा देना, आर एस एस का जवाब किदा देना, इस गल ते आईए। दूजे पासे जोग पुरख अपने पुरख गुरु लिख दिता नामधारियां ने बुक मंगलां दा थोड़ा जिहा ओंकार सतगुर प्रसाद भी एक ओंकार श्री वाहिगुरु जी की फतेह जी कर दो, इहदा मतलब जिहड़े दसम दे मंगल ने जाप साहब तो शुरू होंदा, ते जाप साहब तो बिना सिख नहीं बनता, बिलकुल सिख अमृत नहीं तैयार होंदा, फिर गल कर ले कोई फायदा नहीं। मेरी बेनती सुनो बाबा बुढ़ा जी, जे तुसीं अमृत नूं मानदे आ, मैं नहीं बाणी, जिस बाणी नूं पढ़ के अमृत नूं मानदे, जिस बाणी नूं पढ़ के इस गल क्यों जब मैं छकिया आपो जो हम विचार करने की कितने गलती तो नहीं हुई है। कृपा करके जेड़ा अमृत छकिया सिर्फ दो ही बड़िया दो बारी मैं छकिया, फिर तुम विरोध नहीं किया की बड़िया मैं विरोध नहीं, मैंने मत कल आई है। अच्छा मत तो अमृत स्टडी की मत सारे मैं नहीं देना चाहता। देखो गुरबख्श जी, 100% तुहाडे विचार पंथ दे लई घातक सिद्ध होणगे और बहुत बुरा कर रहे हो, ये मैं प्यार देना कहना एक बुजुर्ग समझ के। देखो तुहाडे एक गल दी मैं कदर करदा, एक मिनट मैं एक गल दी कदर करदा, तुहाडे अंदर एक गल जिहड़ी करी बैठी है ਉਹ ਭਾਵਨਾ ਦਾ ਸਤਿਕਾਰ ਕਰਦਾ, ਹੋਰ ਕਿਸੇ ਗੱਲ ਦਾ ਨੀ। ਕੀ ਉਹ ਅੱਜ ਕੇ ਵਿਪਰਤ ਦੀ ਰੀਤ ਜਿਹੜੀ ਹੈ, ਸਾਨੂੰ ਬ੍ਰਾਹਮਣ ਬਣਾਇਆ ਜਾ ਰਿਹਾ, ਸਾਨੂੰ ਹਿੰਦੂ ਬਣਾਇਆ ਜਾ ਰਿਹਾ, ਸਾਡੀ ਵੱਖਰੀ ਪਹਿਚਾਣ ਹੈ। ਸਾਡਾ ਗੁਰੂ ਕਹਿੰਦਾ ਜਿਹੜੀ ਗੱਲ ਸਾਡਾ ਗੁਰੂ ਕਹਿੰਦਾ, ਖੈਰ ਤੁਸੀਂ ਉਹ ਬਾਣੀ ਨੂੰ ਮੰਨਦੇ ਨੀ, ਪਰ ਮੈਨੂੰ ਬੋਲਣੀ ਪਊਗੀ ਮਜ਼ਬੂਰ ਹੈ। ਨਹੀਂ ਨਹੀਂ, ਮੈਂ ਸਤਿਗੁਰੂ ਕਹਿੰਦੇ ਨੇ ਛਤਰੀ ਕੋ ਪੁੱਤ ਹਾਂ ਬਾਮਨ ਕੋ ਨਾ ਹੈ, ਮੈਂ ਛਤਰੀ ਦਾ ਪੁੱਤ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਾਮਨ ਦਾ ਪੁੱਤ ਨਹੀਂ, ਤੁਸੀਂ ਜਿਹੜੀਆਂ ਵੰਸ਼ਾਂ ਨੂੰ ਨਹੀਂ ਮੰਨਦੇ। ਸਰਦਾਰ ਸਾਹਿਬ ਨੇ ਖੰਡਨ ਕੀਤਾ, ਉਹ ਕਹਿੰਦੇ ਨੇ ਜੀ ਆਹ ਜਿਹੜੀ ਕੁੱਲ ਦੀ ਜਿਹੜੀ ਗੱਲ ਹੈ, ਜਿਸਮਾਨੀ ਕੁੱਲ ਤੇ ਕਿਤੇ ਨਾ ਕਿਤੇ ਮਿਲਣੀ ਹੁੰਦੀ ਹੈ। 75 ਨਾਟਕ ਦਾ ਅਸੀਂ ਇਸ ਕਰਕੇ ਅੱਜ ਖੰਡਨ ਕਰਨ ਲੱਗੇ ਹਾਂ ਕਿ ਆਰ ਐਸ ਐਸ ਸਾਡੀ ਜਿਹੜੀ ਦੁਸ਼ਮਣ ਜਮਾਤ ਹੈ, ਉਸ ਜਮਾਤ ਨੇ ਇਹ ਸਟੈਂਡ ਲੈ ਲਿਆ, ਉਹਨਾਂ ਨੇ ਕਹਿ ਦਿੱਤਾ ਜੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁੱਲ ਹੈਗੀ ਹੈ ਇਹ ਆਪਣੀ ਰਘੂ ਵੰਸ਼ ਦੇ ਨਾਲ ਮਿਲਦੀ ਹੈ, ਲਘੂ ਕੁਸ਼ ਦੇ ਨਾਲ ਮਿਲਦੀ ਹੈ। ਇਸ ਗੱਲ ਦਾ ਉਰੇ ਆ ਜਾਓ, ਜੇ ਤਾਂ ਅਸੀਂ ਇਸੇ ਗੱਲ ਦਾ ਰਿਐਕਸ਼ਨ ਮੰਨ ਕੇ ਸਾਰਿਆਂ ਨੂੰ ਕਹਿਤਾ ਨਹੀਂ, ਫਿਰ ਅਸੀਂ ਗੱਲ ਜੇ ਅਸੀਂ ਇਸੇ ਗੱਲ ਨੂੰ ਇਹ ਮੰਨ ਕੇ ਵੀ ਆਰ ਐਸ ਐਸ ਨੇ ਕਹਿ ਦਿੱਤਾ ਵੀ ਗੁਰੂ ਦੀ ਜਿਹੜੀ ਪੁੱਲ ਹੈਗੀ ਹੈ 75 ਨਾਟਕ ਦੇ ਵਿੱਚ, ਅਬ ਮੈਂ ਆਪਣੀ ਕਥਾ ਵਿਖਾਨੋ ਤਬ ਸਾਧਤ ਜਹਿ ਵਿਦ ਬੋਹਿਆਨੋ, ਹੇਮਕੁੰਡ ਦੀ ਗੱਲ ਜਿਹੜੀ ਤੁਸੀਂ ਨਹੀਂ ਮੰਨਦੇ ਵੀ ਹੇਮਕੁੰਡ ਹੈ, ਹੇਮਕੁੰਡ ਤੁਸੀਂ ਤਾਂ ਨਹੀਂ ਮੰਨਦੇ। ਹਾਂ ਠੀਕ ਹੈ, ਕਿਉਂਕਿ ਪਿਛਲੇ ਜਨਮ ਦੀ ਗੱਲ ਹੈ, पाबंदी है गुरु नानक गुरु ग्रंथ साहब की, जोत भी हो जुगत भी हो, बाकी है भाई गुरदास की वार है जिहदे विच स्पष्ट किया होया गुरु नानक के घर च नानक का नाम का सिक्का चलेगा, और कोई नहीं है बार मैं ना लिख के चले भाई वीर सिंह जो अर्थ लिखे रूप लेंगे ने। मतलब यह भी जे दोवे गल्लां कहते हो गलत ने, इन्हां दी पाबंदी की कोई लोड़ नहीं, तो फिर गल मुक जाती है, फिर तो यह जो मर्जी आए। बाकी जे पाबंदी है, मैं जी बेनती की उस गल से आते हो भी बन जाने मंदिर, वो मैं तुम सैकड़े दस दिना जिन्हों का वाकया कोई इतिहास है नहीं, और ग्रंथा के हिसाब से बने ने, सिर्फ ग्रंथ चो कि लिखता, और अज भी जरा कोई बंदा लिखते होते बन जाते। की होया इतने टीवी के कैरेक्टर आते हैं सुपरमैन, बार भी बनाई है उन्होंने,
ਡਾਲ ਜਿਹੜੀ ਬਣਾਈ ਉਹਨਾਂ ਦੀਆਂ ਪੰਜਾਹਵੀਆਂ ਵਰੇ ਗੰਢਵਾਂ ਮਨਾਈਆਂ ਜਾ ਰਹੀਆਂ ਨੇ ਜਿਹੜੇ ਟੀਵੀ ਦੇ ਆਰਟੀਫਿਸ਼ਲ ਕੈਰੈਕਟਰ ਨੇ ਅੱਜ ਤੋਂ 50 ਸਾਲ ਬਾਅਦ ਉਹ ਜਿਹੜੀਆਂ ਨੇ ਉਹ ਟਰੂਥ ਬਣ ਜਾਣੀ ਹੈ ਕਿਉਂਕਿ ਉਹ ਸੱਚੀ ਮਿੱਚੀ ਕੋਈ ਸੁਪਰਮੈਨ ਬੰਦਾ ਹੋਇਆ ਔਰ ਉਹਨਾਂ ਨੇ ਕਿਉਂਕਿ ਇਹ ਵੈਸਟਰਨ ਵਰਲਡ ਦੀ ਇੰਨੀ ਇਨਫਲੂਐਂਸ ਹੈਗਾ ਸਾਰੀ ਦੁਨੀਆ ਦੇ ਜਿਹੜੀ ਬਾਰਬੀ ਹੈ ਇਹ ਵੀ ਰੀਅਲ ਕੈਰੈਕਟਰ ਬਣ ਜਾਣਾ ਤੇ ਸੁਪਰਮੈਨ ਵੀ ਰੀਅਲ ਕੈਰੈਕਟਰ ਬਣ ਜਾਣਾ ਕਿਉਂ ਡਾਕਟਰ ਸਾਹਿਬ ਬਿਲਕੁਲ ਠੀਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਦਾਹਰਣ ਦਿੱਤੀ ਹੈ ਸ੍ਰਿਸ਼ਟੀ ਦੇ ਸਾਜਨ ਬਾਰੇ ਵੱਡਾ ਇਤਰਾਜ ਵੀ ਉਹ ਕਰਨ ਦੀ ਮੈਲ ਜਿਹੜੀ ਜੋ ਵੀ ਕਿਆ ਗੁਰਬਾਣੀ ਦੇ ਵਿੱਚ ਕੁਛ ਪੰਕਤੀਆਂ ਐਸੀਆਂ ਜਿਹੜੀਆਂ ਸ਼ਾਇਦ ਤੁਹਾਡੇ ਧਿਆਨ ਵਿੱਚ ਨਹੀਂ ਆਈਆਂ ਜਪਜੀ ਸਾਹਿਬ ਦੇ ਅੰਦਰ ਤੁਸੀਂ ਦੋ ਪੰਕਤੀਆਂ ਜਿਹੜੀਆਂ ਉਹ ਮਤਲਬ ਕੀਤੀਆਂ ਹੁਕਮੀ ਹੋਗਨ ਆਕਾਰ ਵਾਲੀ ਗਈ ਜੀ ਤੇ ਇੱਕ ਤੁਸੀਂ ਬੋਲੀ ਸੱਚ ਤੇ ਪਾਵਨਾ ਪਾਇਆ ਹਾਂਜੀ ਸ੍ਰੀ ਰਾਜ ਠੀਕ ਹੈ ਤੇ ਇੱਕ ਚਲੋ ਕਰਤਾ ਸ੍ਰਿਸ਼ਟੀ ਆਪੇ ਜਦੋਂ ਤੋਂ ਆਪਾਂ ਇਹ ਗੱਲ ਮੰਨ ਲਈ ਵੀ ਜਾ ਕਰਤਾ ਸ੍ਰਿਸ਼ਟੀ ਤੋਂ ਸਾਡੀ ਗੱਲ ਹੀ ਮੁੱਕ ਗਈ ਆਪਣਾ ਸਿਧਾਂਤ ਸਰਬ ਨੂੰ ਦੇ ਦਿੱਤਾ ਤੇ ਸਾਚੇ ਤੇ ਪਵਨਾ ਪਾਇਆ ਆਪਣਾ ਸਿਧਾਂਤ ਦੇ ਦਿੱਤਾ ਇਹਦੇ ਚ ਕੁਛ ਮਤਲਬ ਹੋਰ ਮਤਾਂ ਵਾਲੇ ਜਿਹਨਾਂ ਨੇ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਪਤਾ ਨੀ ਸੈਂਕੜੇ ਪੱਖਾਂ ਦੇ ਵਿੱਚ ਇਹ ਗੱਲ ਧਾਰਮਿਕ ਦੁਨੀਆ ਦੇ ਵਿੱਚ ਆਇਆ ਉਹ ਕਹਿੰਦੇ ਇਉਂ ਸਾਜੀ ਉਹ ਕਹਿੰਦੇ ਇਉਂ ਸਾਜੀ ਤੇ ਜਪਜੀ ਸਾਹਿਬ ਦੇ ਅੰਦਰ ਇੱਕ ਗੱਲ ਹੋਰ ਆਈ ਹੈ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਤ ਕਰੀ ਚਲੋ ਅੱਗੇ ਵੀ ਤੋੜ ਤੱਕ ਇੱਕ ਮਿੰਟ ਹਾਂਜੀ ਅੱਛਾ ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਇਹ ਕਹਿ ਦਿੱਤਾ ਵੀ ਜਿਹਨੇ ਉਹਨੇ ਮਾਇਆ ਪੈਦਾ ਕੀਤੀ ਮਾਇਆ ਨੇ ਤਿੰਨ ਗੁਣ ਪੈਦਾ ਕੀਤੇ ਅੱਗੇ ਅੱਗੇ ਕੀ ਕਦ ਲਈ ਜਾਣਾ ਜੇ ਵਿਚਾਰੇ ਇੱਥੇ ਦੀ ਉਹ ਵੇਖੇ ਉਹਨਾਂ ਨਜ਼ਰ ਨਾ ਆਇਆ ਓਹੋ ਇਹ ਤਾਂ ਗੱਲ ਹੋ ਗਈ ਵੀ ਉਹ ਗਿਆਨ ਦੇ ਵਿੱਚ ਨਾ ਜਿਹਦੇ ਮਾਇਆ ਨੇ ਪੈਦਾ ਕੀਤੇ ਹੋ ਗਿਆਨ ਚ ਹੋਣਗੇ ਉਹ ਗਾਹਾਂ ਜਾਣ ਦੀ ਲੋੜ ਨਹੀਂ ਸ੍ਰਿਸ਼ਟੀ ਦੀ ਰਚਨਾ ਇੱਥੇ ਹੈ ਅੱਛਾ ਇਹਦੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਟ ਬ੍ਰਹਮੇ ਜਗ ਸਾਜਣ ਲਾਇਕ ਹੈ ਗੁਰੂ ਗ੍ਰੰਥ ਸਾਹਿਬ ਕਿੰਤੂ ਕਰਾਂਗੇ ਫਿਰ ਅਸੀਂ ਉਹ ਕਰੋੜਾ ਬ੍ਰਹਮੇ ਸਾਜਣ ਬ੍ਰਹਮੇ ਉੱਥੇ ਇੱਕ ਉਹ ਕਹਿੰਦੇ ਵੀ ਤੁਸੀਂ ਇੱਕ ਨੂੰ ਕਿਉਂ ਮੰਨਦੇ ਹੋ ਇੱਕ ਕਰੋੜਾ ਨਹੀਂ ਇੱਕ ਬ੍ਰਹਮਾ ਸਾਜ ਰਿਹਾ ਇੱਕ ਤਾਂ ਅੱਛਾ ਇਹ ਲੋ ਨਾਮ ਕਮਲ ਤੇ ਬ੍ਰਹਮਾ ਉਪਜੇ ਬੇਲ ਪੜਾ ਮੁੱਕਾ ਨਹੀਂ ਸੀ ਬਾਬਾ ਜੀ ਇਹ ਉਹ ਕਹਾਣੀਆਂ ਦੇ ਰਹੇ ਨੇ ਵੀ ਇਹ ਪੁਰਾਣੀਆਂ ਦੀ ਆਦੀ ਹੈ ਨਾ ਸੱਚ ਨਹੀਂ ਹੈ ਨਹੀਂ ਨਾ ਸੱਚ ਨਹੀਂ ਸੱਚ ਨਹੀਂ ਹੈ ਨਹੀਂ ਗੁਰਬਾਣੀ ਚ ਵੀ ਗੱਲ ਹੈ ਨਹੀਂ ਨਹੀਂ ਗੁਰਬਾਣੀ ਦੀ ਗੱਲ ਤੁਸੀਂ ਗੱਲ ਨਹੀਂ ਸਮਝਦੇ ਬਾਬਾ ਜੀ ਬਾਬਾ ਦੀ ਗੱਲ ਹੋਰ ਗੱਲ ਨਹੀਂ ਕਰਨੀ ਚਾਹੀਦੀ ਬਾਬਾ ਜੀ ਸਾਡੇ ਮੂੰਹ ਇਸ ਤੋਂ ਅੱਗੇ ਨਹੀਂ ਜੀ ਦੇਖੋ ਬਾਬਾ ਜੀ ਦੀ ਗੱਲ ਸੁਣੋ ਗੁਰੂ ਸਾਹਿਬ ਦੀ ਨਿੰਦਾ ਅਬਜਾ ਸੁਣਨ ਦੀ ਸਿੱਖ ਨੂੰ ਆ ਗਿਆ ਨਹੀਂ ਤੁਸੀਂ ਇਹ ਇਸ ਗੱਲ ਦੇ ਮੈਂ ਤੁਹਾਡੇ ਸਹਿਮਤ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਵੀ ਕਿੰਤੂ ਆ ਗਿਆ ਨਹੀਂ ਜੀ ਕੋਈ ਗੱਲ ਨਹੀਂ ਬਾਬਾ ਜੀ ਬਿਲਕੁਲ ਗੱਲ ਬਾਬਾ ਜੀ ਕਹੋ ਕਹਿੰਦੇ ਨਹੀਂ ਝੂਠ ਹੈ ਬਾਬਾ ਨਹੀਂ ਬਾਬਾ ਜੀ ਤੂੰ ਕੋਈ ਬਾਬਾ ਜੀ ਸੁਣ ਬਾਬਾ ਜੀ ਹੁਸੈਨ ਜੀ ਤੁਸੀਂ ਬਣਾ ਪਿਆ ਉਹ ਵੀ ਗੱਲ ਇਹ ਪਹਿਲਾਂ ਬੇਇੱਜ਼ਤੀ ਕੀਤੀ ਗੱਲ ਸੁਣੋ ਆਪਾਂ ਇਹ ਨਹੀਂ ਕਹਿ ਰਹੇ ਵੀ ਗੁਰੂ ਸਾਹਿਬ ਝੂਠੇ ਨੇ ਇਹ ਤੇ ਮੇਰੇ ਜ਼ੁਬਾਨ ਸੜ ਜੇ ਗੱਲ ਅਸੀਂ ਕਹਿ ਰਹੇ ਵੀ ਉਹ ਰੈਫਰੈਂਸਿਸ ਦਿੱਤੀਆਂ ਨੇ ਉਹਨਾਂ ਜੇ ਇੰਦਰ ਦੀ ਵੀ ਗੱਲ ਕੀਤੀ ਆ ਵੀ ਕੁੱਕੜ ਬਣ ਕੇ ਉੱਥੇ ਉਹ ਆਇਆ ਇਹ ਸਾਰੀਆਂ ਗੱਲਾਂ ਕੀ ਆਪਾਂ ਇਹਨਾਂ ਨੂੰ ਗੱਲਾਂ ਨੂੰ ਸੱਚ ਮੰਨਦੇ ਇਹ ਗੱਲਾਂ ਰੈਫਰ ਉਹਨਾਂ ਕਿਹਾ ਵੀ ਉਹਨਾਂ ਸਾਹਿਬਾਂ ਨੇ ਆਪਣਾ ਇਹਦਾ ਜਵਾਬ ਤਾਂ ਸੁਣਾ ਤੁਹਾਨੂੰ ਹਾਂਜੀ ਇਹ ਦਸਵੇਂ ਗ੍ਰੰਥ ਦੇ ਵਿੱਚ ਕੀ ਦਿੱਤਾ ਉਹਦੇ ਵਿੱਚ ਤਾਂ ਰਮਾਇਣ ਦੀ ਮਹਾਭਾਰਤ ਦੀ ਉਦਾਹਰਣਾਂ ਹੀ ਦਿੱਤੀਆਂ ਨੇ ਉੱਥੇ ਕੀ ਹੋ ਗਿਆ ਫਿਰ ਸਾਨੂੰ ਉੱਥੇ ਵੀ ਉਦਾਹਰਣ ਨਹੀਂ ਫਿਰ ਧਰਮ ਯੁੱਧ ਕੇ ਚਾਹੇ ਮੇਰਾ ਖਾਲਸਾ ਧਰਮ ਦੇ ਯੁੱਧ ਕਰੂਗਾ ਉਹਨਾਂ ਦੇ ਵਿੱਚ ਵੀਰ ਰਸ ਭਰਨ ਵਾਸਤੇ ਹੋਰ ਕੋਈ ਮਨੋਰਥ ਨਹੀਂ ਮੇਰਾ ਮੈਂ ਦੇਵਤੇ ਨੂੰ ਨਹੀਂ ਮੰਨਦਾ ਕਿਸੇ ਨੂੰ ਕਹੂ ਨਾ ਧਿਆਉ ਆਰਐਸਐਸ ਵਾਲੇ ਸਾਡੇ ਦੁਸ਼ਮਣ ਜਮਾਤ ਨੇ ਉਹਨੇ ਵੇਖ ਲਿਆ ਵੀ ਜਿੰਨਾ ਖੰਡਨ ਦਸਮ ਗ੍ਰੰਥ ਵਿੱਚ ਹੈ ਸਾਡੇ ਮਤ ਦਾ ਕਿਸੇ ਥਾਂ ਤੇ ਨਹੀਂ ਹੈ ਉਹਨਾਂ ਨੇ ਸਾਨੂੰ ਪੁੱਠੇ ਜਿਵੇਂ ਖੋਤੇ ਦੇ ਫੜੀ ਦੇ ਨਾ ਕੰਨ ਖੂਹ ਸੱਟਣ ਲਈ ਉਹ ਪਿੱਛੇ ਆਪੇ ਡਿੱਗ ਪੈਂਦਾ ਉਹਨਾਂ ਸਾਨੂੰ ਇੱਕ ਮੂਰਖ ਸਮਝਿਆ ਸਾਨੂੰ ਇਹ ਖੋਤੇ ਸਮਝਿਆ ਇਹਨੇ ਕੰਨ ਫੜ ਲਓ ਕਹਿੰਦੇ ਅਸੀਂ ਤਾਂ ਮੰਨਦੇ ਦਸ ਨੂੰ ਇਹ ਨਹੀਂ ਮੰਨਦੇ ਅਸੀਂ ਉਹ ਕੁ ਕਰਕੇ ਖਾਤ ਖੂਹ ਚ ਡਿੱਗਣ ਨੂੰ ਤਿਆਰ ਉਹਨਾਂ ਦੇ ਕਰਤੂਤਾਂ ਸਤਿਗੁਰਾਂ ਨੇ ਤੇ ਖੋਲ ਕੇ ਦੱਸੀਆਂ ਵੀ ਇਹਨਾਂ ਦੇ ਕੀ ਅਵਤਾਰ ਉਹਨਾਂ ਦੀ ਉਹ ਕਰਤੂਤਾਂ ਅਵਤਾਰ ਨੇ ਕਮਜ਼ੋਰੀਆਂ ਦੱਸਿਆ ਕਿਹੜੇ ਅਵਤਾਰ ਨੇ ਕੀ ਕੀਤਾ ਖੋਲ ਖੋਲ ਕੇ ਚਿੱਠੇ ਰੱਖ ਦਿੱਤਾ ਹੁਣ ਤ੍ਰਿਆ ਉਹਨਾਂ ਹਾਂ ਚਲੋ ਤ੍ਰਿਆ ਚਿੱਤਰ ਕਰੋ ਗੱਲ ਕੋਈ ਅੱਛਾ ਨਹੀਂ ਜਿਹੜੀ ਮੈਂ ਤੁਹਾਨੂੰ ਗੱਲਾਂ ਅੱਛੀ ਲੱਗੀ ਮਿੱਟਾ ਜੋ ਜਦੋਂ ਪੰਜਾਬ ਤੁਸੀਂ ਰਹਿੰਦੇ ਹੋ ਠੀਕ ਹੈ ਇੱਥੇ ਜਿਹੜੀ ਸਾਡੀ ਐਕਡੈਮਿਕ ਵਰਲਡ ਹੈਗਾ ਇੰਟਰਫੇਸ ਤੇ ਸਾਨੂੰ ਜਾਣਾ ਪੈਂਦਾ ਜਦੋਂ ਪਹਿਲਾਂ ਦੱਸੋ ਚੱਲੀ ਜਾਂਦੀ ਸੀ ਗੱਲਬਾਤ ਜਦ ਤੋਂ ਆਰ ਐਸ ਐਸ ਵਾਲਿਆਂ ਨੇ ਆ ਸ਼ੁਰੂ ਕਰਤਾ ਠੀਕ ਹੈ ਠੀਕ ਹੈ ਇਹਦੇ ਵਿੱਚ ਉਹ ਹੀ ਤਾਂ ਹਰ ਸਿੱਖ ਦਾ ਹਿਰਦਾ ਜਿਹੜਾ ਵਿੱਚ ਹੈ ਜੋ ਆਰ ਐਸ ਐਸ ਨੇ ਮੇਰੇ ਨਾਲ ਗੱਲ ਕਰਦੇ ਹਾਂ ਜੀ ਪਰ ਇਹਦੇ ਵਿੱਚ ਤੋਂ ਫਿਰ ਸਾਨੂੰ ਦੇਖਿਆ ਵੀ ਦਸਮ ਗ੍ਰੰਥ ਜਿਹੜਾ ਪ੍ਰੈਜ਼ੈਂਟਲੀ ਅਵੇਲੇਬਲ ਮੇਰਾ ਦਾ ਜ਼ਿਆਦਾ ਹੈਗਾ ਜਵਾਹਰ ਕੰਪਨੀ ਦਾ ਜਿਹੜਾ ਹੈ ਜਵਾਹਰਨ ਕਿਰਪਾਲ ਸਿੰਘ ਦਾ ਹੈਗਾ
बिलकुल जी तो उन्होंने हुक्म है अमृत छकन लई हां जी आंसर देना पैना वेस्टर्न कंट्री आंसर देना पैना पर जेड़ा हुण आ जेड़ा चित्रोप ख्यान जेड़ा दसवें गुरुआं दी गल दे ला के तुहानू कोई हक नहीं तुहानू कोई हक नहीं जेड़ा जी तुसी लिखिया आ चीज ना तुसी इहनूं अकाल तख्त ते भेज दिओ श्रोमणी कमेटी को भेज दिओ नहीं एक मिंट जी मेरी बेनती है जिन्ना चेर थानू जवाब नहीं दिंदे उन्ना चेर कोई प्रचार ना करो थानू महापुरखो बेनती आ दस ग्रंथ के हक बच्चे अकाली कल या दस पंथ जे भी लिखो जे ना पंथ सहमत हो साडा या साडी है हल इथे आके हुंदा आ वी जिहड़ा पंथ दा वाद विवाद आ ना आर एस एस ने साडे गल पाया जे थोड़ी सोझी अनुसार तुसीं समझदे आ वी तुसीं कुछ ठीक लिखिया जां गलत लिखिया ਤੁਸੀਂ ਆਪਣੀ ਲਿਖਤ ਸਾਡੀਆਂ ਪੰਥ ਪ੍ਰਮਾਣਿਤ ਸੰਸਥਾਵਾਂ ਨੂੰ ਭੇਜੋ ਉਹਨਾਂ ਚ ਤੁਸੀਂ ਕੋਈ ਇਹ ਚੀਜ਼ ਦਾ ਪ੍ਰਚਾਰ ਨਾ ਕਰੋ ਠੀਕ ਤੇ ਤੁਸੀਂ ਜਿਹੜਾ ਇਸ ਚੀਜ਼ ਤੇ ਮਤਲਬ ਇਸ ਚੀਜ਼ ਨਾਲ ਸਹਿਮਤ ਆ ਵੀ ਦਸਮ ਗ੍ਰੰਥ ਸਾਡਾ ਗ੍ਰੰਥ ਆ ਆਪਾਂ ਸਾਰੇ ਜਾਣੇ ਤੇ ਇਹਦੇ ਹੱਕ ਚ ਤੁਸੀਂ ਕੋਈ ਚੀਜ਼ ਅਕਾਲ ਤਖ਼ਤ ਨੂੰ ਭੇਜੋ ਜਿਹੜੀ ਸਰਵ ਪ੍ਰਮਾਣਿਤ ਹੋਵੇ ਜਿਹਨੂੰ ਸਾਰਾ ਸਿੱਖ ਉਹਦਾ ਲਾਭ ਉਠਾਵੇ ਬਿਲਕੁਲ ਠੀਕ ਇੱਥੇ ਗੱਲ ਆਪਾਂ ਸਮਾਪਤੀ ਕਰਦੇ ਵਿਚਾਰ ਸੀ ਕਿਉਂਕਿ ਇੱਕ ਮਿੰਟ ਜੇ ਤੁਸੀਂ ਵੀ ਸੰਤ ਸਮਾਜ ਵਾਲੇ ਵੇਸਲੇ ਰਹੇ ਦਸਮ ਗ੍ਰੰਥ ਦੇ ਹੱਕ ਚ ਲਿਖਣ ਤੇ ਇਹ ਗੱਲ ਫਿਰ ਅਸੀਂ ਵੀ ਦੋਸ਼ੀ ਬਣ ਜਾਣਾ ਤੁਸੀਂ ਆਪਣੀਆਂ ਇਕੱਠੇ ਹੋਵੋ ਕਿਸੇ ਵਿਦਵਾਨਾਂ ਦੀ ਤੁਸੀਂ ਡਿਊਟੀ ਮਹਾਂਪੁਰਖਾਂ ਦੀ ਡਿਊਟੀ ਲਾਓ ਤੁਸੀਂ ਇਹਦੇ ਹੱਕ ਚ ਨਿਰਣਾ ਦਿਓ ਵੀ ਆਹ ਚੀਜ਼ ਤੁਹਾਡੇ ਖਿਆਲ ਚ ਮੈਂ ਲਿਆ ਦਿਆਂ ਇਹੋ ਜਿਹੇ ਵਿਦਵਾਨਾਂ ਨੇ ਅੱਗੇ ਇਹ ਲਿਖਤਾਂ ਲਿਖ ਕੇ ਸਾਬਤ ਕਰ ਚੁੱਕੇ ਨੇ ਦਸਮ ਗ੍ਰੰਥ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਪਿਆਰਾ ਸਿੰਘ ਪਤਵੰਤ ਨੂੰ ਕੀ ਮੰਨਦੇ ਹੋ ਪਿਆਰਾ ਸਿੰਘ ਕਦਾਂ ਨਹੀਂ ਲਿਖਿਆ ਜਦੋਂ ਸੁਣਨੀ ਨਹੀਂ ਕਿਸੇ ਦੀ ਅੱਜ ਮਾਮਲਾ ਅਕਾਲ ਤਖ਼ਤ ਕੋਲ ਪਹਿਲਾਂ ਚਲੇ ਗਿਆ ਉਹਨਾਂ ਨੇ 13-14 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੇ ਹੁਣ ਡਿਕਲੇਅਰ ਕੀਤਾ ਉਹਨਾਂ ਨੇ ਵੀ ਉਹ ਸਾਰੇ ਵਿਦਵਾਨ ਤੇ ਸਾਰੇ ਨਿਰਣਾ ਲੋਕ ਇਹਦੇ ਵਿੱਚ ਕੀ ਹਾਂਜੀ ਸਾਨੂੰ ਗੁਰੂ ਨੇ ਗੱਲ ਦੱਸੀ ਵੀ ਬਹਿ ਕੇ ਦਲੀਲ ਨਾਲ ਗੱਲ ਕਰਨੀ ਡਿਸਕਸ਼ਨ ਕਰਨੀ ਨਾ ਮਨ ਦੇ ਸ਼ੰਕੇ ਨਿਵਰਤ ਕਰਨੇ ਇਹ ਇੱਕ ਪੋਜ਼ਿਟਿਵ ਸਟੈਪ ਆ ਮੇਰਾ ਖਿਆਲ ਹੈ ਜਿੰਨੇ ਵੀ ਇੱਥੇ ਬੈਠੇ ਆ ਕਿਸੇ ਨੂੰ ਵੀ ਬੁਰੀ ਨਹੀਂ ਲੱਗੂਗੀ ਇਹ ਇੱਕ ਪੱਖ ਸੀ ਜਿਹੜਾ ਇਹਨਾਂ ਦਾ ਸੀ ਇੱਕ ਪੱਖ ਸੀ ਜਿਹੜਾ ਸਾਡਾ ਅਸੀਂ ਦਸਮ ਗ੍ਰੰਥ ਦੇ ਹੱਕ ਦੇ ਪੱਖ ਵਿੱਚ ਸਬੂਤ ਦਿੱਤੇ ਨੇ ਇਹਨਾਂ ਨੇ ਦੂਸਰੇ ਦਿੱਤੇ ਨੇ ਤਕਰੀਬਨ ਇਹਨਾਂ ਦੀ ਆਤਮਾ ਵੀ ਕੁਛ ਮੰਨ ਗਈ ਹੈ ਜ਼ਮਾਨਤ ਹਾਲੇ ਨਹੀਂ ਕਹਿਣਗੇ ਚਲੋ ਇਹ ਗੱਲ ਵੱਖਰੀ ਹੈ
ਹੁਣ ਗੱਲ ਇਹ ਹੈ ਵੀ ਆਰ ਐਸ ਐਸ ਦਾ ਜਿਹੜਾ ਮਾਮਲਾ ਇਹਦੇ ਲਈ ਸਾਨੂੰ ਕਿਸੇ ਨੂੰ ਕਿੰਤੂ ਰੋਗ ਜਿੰਨੇ ਵੀ ਅਸੀਂ ਇੱਥੇ ਬੈਠੇ ਇਹਦੇ ਲਈ ਵੀ ਸਾਡਾ ਸਾਨੂੰ ਸਟੈਪ ਚੱਕਣਾ ਪਊਗਾ ਬਿਲਕੁਲ ਸਹੀ ਸੰਤ ਸਮਾਜ ਨੂੰ ਵੀ ਤੁਹਾਨੂੰ ਬੁੱਧੀਜੀਵੀ ਲੋਕਾਂ ਨੂੰ ਵੀ ਜੋ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਹਰ ਪੱਖ ਤੋਂ ਉਹਨਾਂ ਨੇ ਸਾਨੂੰ ਕਾਬੂ ਕਰਨ ਦਾ ਯਤਨ ਕੀਤਾ ਤੇ ਉਹਦੇ ਲਈ ਇਹ ਵੀ ਯਤਨਸ਼ੀਲ ਹੋਣ ਤੇ ਅਸੀਂ ਵੀ ਹੋ ਜਾਈਏ ਪ੍ਰਚਾਰ ਇਹ ਵੀ ਕਰਨ ਅਸੀਂ ਵੀ ਕਰੀਏ ਸਾਡੀ ਜਿਹੜੀ ਉਹ ਵੱਡੀ ਜਮਾਤ ਰਾਜ ਕਰਨ ਵਾਲੀ ਬੈਠੀ ਆ ਉਹਨਾਂ ਦੇ ਕੰਨ ਬੰਦ ਹੋਏ ਵੇ ਉਹਨਾਂ ਤੱਕ ਵੀ ਗੱਲ ਪਹੁੰਚਾਈਏ ਜਿਨ੍ਹਾਂ ਦੀ ਸਾਂਝ ਪਾਈ ਵੀ ਆਰ ਐਸ ਐਸ ਦੇ ਨਾਲ ਜਿਹੜੇ ਰਲ ਕੇ ਚੱਲ ਰਹੇ ਨੇ ਸਾਡੀ ਸੁਣਨੀ ਕਿਹੜੇ ਨੇ ਅਕਾਲ ਤਖ਼ਤ ਤੇ ਔਰਤਾਂ ਦੇ ਅਕਾਲ ਤਖ਼ਤ ਤੇ ਉਹਨਾਂ ਨੇ ਜਥੇਦਾਰ ਨੂੰ ਨੌਕਰ ਬਣਾਇਆ ਹੋਇਆ ਆਪਣਾ ਜੋ ਕਹਿਣ ਹੁਕਮਾ ਜਾਰੀ ਹੋ ਜਾਵੇ ਕਹਿਣ ਹੁਕਮਾ ਵਾਪਸ ਲੈ ਲਓ ਹੁਕਮਾ ਵਾਪਸ ਲਿਆ ਜਾਵੇ ਜਿੰਨੀ ਦੇਰ ਤੱਕ ਸਰਬ ਪ੍ਰਵਾਨਿਤ ਜਥੇਦਾਰ ਦੀ ਗੱਲ ਨਹੀਂ ਅਸੀਂ ਹੱਲ ਕਰਦੇ ਸਾਡੇ ਹੱਲ ਹੋਏ ਬਿਲਕੁਲ ਗੱਲ ਠੀਕ ਇਹਦੇ ਲਈ ਸਾਡੀ ਬੇਨਤੀ ਇਹ ਹੈਗੀ ਆ ਬਈ ਜਿਸ ਲੈਵਲ ਤੇ ਬਿਨਾਂ ਕੰਟਰੋਵਰਸੀਆਂ ਛੇੜੇ ਕੁਛ ਕੰਮ ਬਦਵਾ ਨਹੀਂ ਕਰ ਸਕਦੇ ਆ ਜਿੱਥੇ ਸਾਡਾ ਨੁਕਸਾਨ ਸਾਡੇ ਬੱਚਿਆਂ ਦਾ ਨੁਕਸਾਨ ਯੂਨੀਵਰਸਿਟੀਆਂ ਚ ਕਰਦੇ ਆ ਇਹ ਸੋਹਣੇ ਢੰਗ ਨਾਲ ਕਰਨ ਕੋਈ ਵਾਦ ਵਿਵਾਦ ਨਾ ਛੇੜੇ ਤੇ ਜਿਹੜਾ ਕੰਮ ਮਹਾਂਪੁਰਖ ਜਿੱਥੇ ਕਰ ਸਕਦੇ ਪਹੁੰਚ ਸਕਦੇ ਉੱਥੇ ਇਹ ਨਹੀਂ ਪਹੁੰਚ ਸਕਦੇ ਤੇ ਦੂਸਰੀ ਗੱਲ ਜਿੱਥੇ ਸਾਡੀ ਤੀਸਰੀ ਧਿਰ ਆ ਜਿਹੜੀ ਸਾਡੇ ਗੁਰੂ ਦੇ ਮਗਰ ਲੜ ਕੇ ਚੌਥੇ ਪੰਜਵੇਂ ਦੋ ਸਾਲੀ ਯੋਧੇ ਸੋਧ ਦੇ ਆ ਪੰਥ ਨੂੰ ਬਚਾਉਣ ਦੇ ਲਈ ਉਹ ਜਿਹੜੀ ਧਿਰ ਆ ਉਹ ਆਪਣਾ ਕੰਮ ਕਰ ਰਹੀ ਆ ਜੇ ਅਸੀਂ ਸਾਰੀਆਂ ਧਿਰਾਂ ਇੱਕ ਸੁਰ ਹੋ ਕੇ ਕੰਮ ਕਰਾਂਗੇ ਤੇ ਅਸੀਂ ਮੂਹਰੇ ਲਾ ਲਵਾਂਗੇ ਸਾਰਿਆਂ ਨੂੰ ਸੋ ਇਸ ਕਰਕੇ ਮੈਂ ਜਿਹੜੀ ਇੰਸਟੀਟਿਊਸ਼ਨ ਆਫ ਸੈਕਸ ਸਟੱਡੀਜ਼ ਆ ਨਾ ਚੰਡੀਗੜ੍ਹ ਆ ਲੁਧਿਆਣੇ ਦੀ ਮੈਂ ਗੱਲ ਕਰਦਾ ਤੇ ਉਹਨਾਂ ਨੂੰ ਵੀ ਬੇਨਤੀ ਇਹ ਯਾਰ ਤੁਹਾਡੇ ਕਰਕੇ ਆਪਦੀ ਰੱਖਿਆ ਤੋਂ ਜਾਣਾ ਸੀ ਤੁਹਾਡੇ ਕਰਕੇ ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜਾ ਜੇ ਅਸੀਂ ਇੱਕ ਸੁਰ ਹੋ ਕੇ ਸਾਰੀਆਂ ਧਿਰਾਂ ਕਰਾਂਗੇ ਨਾ ਤੇ ਅਸੀਂ ਇਹਦੇ ਲਈ ਪੰਥ ਲਈ ਜਿਹੜੀ ਹਨੇਰੀ ਆਈ ਆ ਆਉਣ ਵਾਲੇ ਸਮੇਂ ਚ ਉਹਦਾ ਮੁਕਾਬਲਾ ਕਰ ਸਕਾਂਗੇ ਸਾਰੇ ਪ੍ਰਵਾਨਾਂ ਨੂੰ ਬੇਨਤੀ ਇਹ ਆ ਵੀ ਜੇ 14 ਨੂੰ ਮੀਟਿੰਗ ਸੱਦੀ ਆ ਤੁਸੀਂ ਹੋਰ ਬਣਾ ਰਹੇ 14 ਨੂੰ ਕਿਹੜਾ ਫੈਸਲਾ ਹੋ ਜਾਣਾ ਹੈ 14 ਮਈ ਨੂੰ ਕਮੇਟੀ ਬਣਾਉਣੀ ਹੋਣਾ ਨਾ ਨੇ ਸਾਰੇ ਜਿਹੜੇ ਇਸ਼ੂ ਤੁਸੀਂ ਜਿਹੜੀ ਤੁਸੀਂ ਆਪਣੀ ਹਰ ਲੈਫਟ ਜਿਹੜੀ ਆ ਨਾ ਪਹਿਲਾਂ ਗੋਸ਼ਟੀਆਂ ਚ ਲਿਆਉਣ ਤੋਂ ਪਹਿਲਾਂ ਨਾ ਉਹਨੂੰ ਕਾਲ ਤਖ਼ਤ ਤੇ ਭੇਜੋ ਉੱਥੋਂ ਨਿਰਣਾ ਲਓ ਇਸੇ ਚੀਜ਼ ਦਾ ਅਸੀਂ ਬੇਨਤੀ ਕਰਦੇ ਹਾਂ ਜਿਹੜਾ ਆਰ ਐਸ ਐਸ ਦਾ ਜਵਾਬ ਜਿਸ ਢੰਗ ਨਾਲ ਇਹਨੇ ਚੰਡੀਗੜ੍ਹ ਦਿੱਲੀ ਚ ਬੈਠ ਕੇ ਦੇਣ ਦਾ ਕੋਸ਼ਿਸ਼ ਕੀਤਾ ਇਹ ਤੋਂ ਬਿਨਾਂ ਵੀ ਇਹ ਨਹੀਂ ਕੰਮ ਕੀ ਉਸੇ ਤਰ੍ਹਾਂ ਸੰਤ ਸਮਾਜ ਨੂੰ ਵੀ ਬੇਨਤੀ ਆ ਜਥੇਦਾਰ ਸਿੰਘ ਸਾਹਿਬ ਨੂੰ ਵੀ ਬੇਨਤੀ ਆ ਵੀ ਸਾਰੇ ਕੰਮ ਛੱਡ ਕੇ ਜਿਹੜਾ ਕੰਮ ਸਿੰਘ ਸਭਾ ਨੇ ਕੀਤਾ ਸੀ ਖਾਲਸਾ ਰਾਜ ਜਾਣ ਤੋਂ ਬਾਅਦ ਘਰ ਘਰ ਜਾ ਕੇ ਮੋਢਾ ਫੜ ਕੇ ਇਕੱਲੇ ਇਕੱਲੇ ਬੰਦੇ ਨੂੰ ਇਸ ਚੀਜ਼ ਲਈ ਵਾਲਾ ਦਿਓ ਅਠਾਲੋ ਤਾਂ ਕਿ ਅਸੀਂ ਸਾਡਾ ਪੰਥ ਬਚ ਸਕੇ ਇਹ ਸਮੇਂ ਦੀ ਮੰਗ ਹੈ ਹਾਂਜੀ ਦਾਸ ਦੀ ਇੱਕ ਸੁਝਾਅ ਆ ਜੀ ਇਹਦੇ ਲਈ ਤੇ ਆਰ ਐਸ ਐਸ ਦਾ ਜਿਹੜੀ ਹਨੇਰੀ ਚੜ੍ਹੀ ਆ ਨਾ ਜੀ ਉਹਦੇ ਲਈ ਆਪਾਂ ਆਹ ਜਿਹੜੇ ਮਤਭੇਦ ਸਾਰੇ ਇਹਨਾਂ ਨੂੰ ਪਾਸੇ ਰੱਖ ਪਾਸੇ ਰੱਖ ਕੇ ਮਸਲੇ ਤਾਂ ਫੇਰ ਵੀ ਆਪਾਂ ਵਿਚਾਰ ਸਕਦੇ ਤੇ ਆਪਾਂ ਸਾਰੇ ਇੱਕ ਹੋ ਕੇ ਜਿੰਨਾ ਚਿਰ ਪਿੰਡ ਪੱਧਰ ਤੇ ਨਹੀਂ ਪਹੁੰਚਦੇ ਕਿਉਂਕਿ ਉਹ ਪਿੰਡ ਪੱਧਰ ਤੇ 12,000 ਕਿੰਨੇ ਪਿੰਡ ਆ ਪੰਜਾਬ ਦੇ ਉਹਨਾਂ ਦੇ ਇੱਕ ਲੈਨ ਬਣਾ ਕੇ ਪਿੰਡ ਪੱਧਰ ਤੇ ਪਹੁੰਚਦੇ ਭਾਤੀ ਆ ਜੀ ਇਹ ਕੱਲੇ ਸ਼੍ਰੋਮਣੀ ਕਮੇਟੀ ਦਾ ਕੱਲੇ ਅਕਾਲ ਤਖ਼ਤ ਦਾ ਜਾਂ ਕੱਲੇ ਵਿਦਵਾਨ ਦਾ ਕਿਸੇ ਮਹਾਂਪੁਰਖ ਦਾ ਕੱਲੇ ਦਾ ਕੰਮ ਨਹੀਂ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਉਹਨਾਂ ਦਾ ਪਹਿਲਾਂ ਜਿਹੜਾ ਦੁਸ਼ਮਣ ਸਾਡੇ ਤੇ ਵਾਰ ਕਰ ਲਿਆ ਉਹਦਾ ਪਹਿਲਾਂ ਜਵਾਬ ਦੇਈਏ ਜਿਹੜੇ ਸਾਡੇ ਆਪਸ ਵਿੱਚ ਹੀ ਮਤਭੇਦ ਆ ਭਰਾਵਾਂ ਦੇ ਉਹ ਤਾਂ ਕਈ ਵਾਰੀ ਹੋ ਜਾਂਦੇ ਆ ਵਿਚਾਰ ਸਕਦੇ ਆ ਹੱਲ ਸਭ ਕੁਛ ਹੋ ਜਾਂਦਾ ਇਹ ਮਸਲਾ ਜਿਹੜਾ ਹੈਗਾ ਇਹਨੂੰ ਰੱਖ ਇਹਨੂੰ ਨੰਬਰ 2 ਤੇ ਰੱਖ ਕੇ ਨੰਬਰ 1 ਤੇ ਆਰ ਐਸ ਐਸ ਦਾ ਜਿਹੜਾ ਮਸਲਾ ਹੈਗਾ ਜਥੇਬੰਦੀਆਂ 27 ਸਥਾਨ ਆ ਉਹਨਾਂ 27 ਸਥਾਨਾਂ ਤੇ ਮਹੀਨੇ ਚ ਇੱਕ ਵਾਰ ਇਕੱਠ ਹੁੰਦਾ ਅਮਲ ਪ੍ਰਚਾਰ ਹੁੰਦਾ ਪਿੰਡਾਂ ਚ ਵੀ ਜਾਂਦੇ ਆ ਸਿੰਘ ਕਰਦੇ ਆ ਵੱਧ ਤੋਂ ਵੱਧ ਕਰ ਰਹੇ ਆ ਪਰ ਉਹ ਬਹੁਤ ਇੱਕ ਨਾ ਕਿਣਕਾ ਜਿਹਾ ਜੇ ਰਲ ਕੇ ਆਪਾਂ ਕਰਾਂਗੇ ਤਾਂ ਇੱਕ ਹੜ੍ਹ ਵਗ ਜਾਊਗਾ ਉਹਨਾਂ ਨੂੰ ਉਹ ਸਾਡਾ ਮਸਾਲਾ ਲੈ ਕੇ ਇੱਕ ਨੀਤੀ ਆ ਕਹਿੰਦੇ ਫੌਜ ਦੇ ਵਿੱਚ ਸਿਖਾਲਦੇ ਆ ਜੀ ਵੀ ਗ੍ਰਨੇਡ ਜਿਹੜਾ ਨਾ ਚਲਾਉਣਾ ਇੱਕ ਉਹਨਾਂ ਤੋਂ ਵੀ ਉੱਪਰ ਹੁੰਦੇ ਆ ਉਹ ਚਲਾ ਉਹ ਵੀ ਜਦੋਂ ਗ੍ਰਨੇਡ ਡਿੱਗ ਪਵੇ ਉਹਦੇ ਕੋਲ ਸਕਿੰਟ ਹੁੰਦੇ ਵੀ ਕਿੰਨੇ ਸਕਿੰਟ ਦੇ ਵਿੱਚ ਵਿੱਚ ਚੱਕ ਕੇ ਦੂਏ ਵੱਲ ਨੂੰ ਮਾਰ ਦਿਓ ਤਾਂ ਉਹਦਾ ਨੁਕਸਾਨ ਕਰ ਦਿੰਦਾ ਜੀ ਉਹ ਨੀਤੀ ਜਿੰਨਾ ਚਿਰ ਆਪਾਂ ਨਹੀਂ ਅਪਣਾਉਂਦੇ ਵੀ ਜਿਹੜਾ ਸਾਡੇ ਤੇ ਹਮਲਾ ਹੋਇਆ ਜਿਹੜਾ ਸਾਡੇ ਤੇ ਬੰਬ ਸਿੱਟ ਰਹੇ ਆ ਉਹਨੂੰ ਕਿੱਦਾਂ ਉਹਦਾ ਜਵਾਬ ਦੇਣਾ ਜੇ ਇਸ ਬਾਣੀ ਨੂੰ ਆਧਾਰ ਬਣਾ ਕੇ ਉਹ ਸਾਡੇ ਤੇ ਹਮਲਾ ਕਰ ਰਹੇ ਆ ਅਸੀਂ ਇਸੇ ਬਾਣੀ ਨੂੰ ਆਧਾਰ ਬਣਾ ਕੇ ਉਹਦਾ ਜਵਾਬ ਦੇਣਾ ਉਹਦਾ ਮੂੰਹ ਤੋੜਵਾ ਜਵਾਬ ਦੇ ਸਕਦਾ ਮੈਂ ਲਾਸਟ ਬੇਨਤੀ ਕਰਨੀ ਆ ਤੁਹਾਨੂੰ ਸਿੰਘ ਸਾਹਿਬ ਜੀ ਤੁਹਾਨੂੰ ਬੇਨਤੀ ਕਰਨੀ ਖਾਸ ਕਰ ਤੁਹਾਡੀਆਂ ਲੈਕਟਾਂ ਨੂੰ ਬੇਨਤੀ ਕਰਨੀ ਆ ਵੀ ਜਿੰਨਾ ਚਿਰ
ਸਾਡਾ ਖਾਲਸਾ ਪੰਥ ਇਕੱਠਾ ਹੋ ਕੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਜਾਂ ਇਹ ਮਨ ਨਹੀਂ ਕਹਿੰਦੇ ਕੋਈ ਫੈਸਲਾ ਨਹੀਂ ਦਿੰਦੇ ਵੀ ਦਸ ਗ੍ਰੰਥ ਜੀ ਸਾਡੇ ਆ ਜਾਂ ਨਹੀਂ ਸਾਡੇ, ਉਹਨਾਂ ਚਿਰ ਤੁਸੀਂ ਆਪਣੀ ਲਿਖਤ ਜਿਹੜੀ ਅਕਾਲ ਤਖ਼ਤ ਨੂੰ ਭੇਜ ਦਿਓ, ਉਹਨਾਂ ਨੂੰ ਵਿਚਾਰ ਕਰਨ ਦਿਓ, ਫੈਸਲਾ ਉੱਥੋਂ ਲੈਣ ਦਿਓ, ਉਹਨਾਂ ਚਿਰ ਕੋਈ ਕੰਮ ਕਰਨ। ਬਾਕੀ ਮੇਰੀ ਬੇਨਤੀ ਇਹ ਵੀ ਬੇਨਤੀ ਆ ਮਹਾਂਪੁਰਖੋ ਵੀ ਜਿਹੜਾ ਕੰਮ ਜਸਵੀਰ ਸਿੰਘ ਜੀ ਜਾਂ ਤੁਸੀਂ ਜਿਹੜਾ ਕੰਮ ਸਿੱਖ ਕੌਮ ਤੇ ਕੰਪਿਊਟਰਾਂ ਚ ਨਰਥ ਕਰ ਰਹੇ ਆ, ਸਾਡੇ ਸਿੱਖ ਕੌਮ ਦਾ ਸਿਧਾਂਤ ਕੰਪਿਊਟਰਾਂ ਚ ਤੋੜ ਰਹੇ ਆ ਜਿੱਥੇ ਕਿ ਇਹ ਨੀ ਪਹੁੰਚ ਸਕਦੇ ਨਾ, ਉੱਥੇ ਜਵਾਬ ਦੇਣੇ ਤੁਹਾਡੇ ਫਰਜ਼ ਆ ਔਰ ਦੇ ਰਹੇ ਆ ਤੁਸੀਂ, ਤੁਹਾਡਾ ਫਰਜ਼ ਬਣਦਾ। ਉਹਦੇ ਵਿੱਚ ਤੁਹਾਨੂੰ ਦੱਸਦਾ ਜਿਹੜੀ ਇੰਟਰਨੈਟ ਦੀ ਆਈ, ਪਰਮਿੰਦਰ ਸਿੰਘ ਰੰਧਾਵਾ ਜਿਹੜੇ ਆਏ ਨਾ, ਅਸੀਂ ਉਹ ਸਾਰੇ ਜਿਹੜੇ ਮੇਨ ਸਟ੍ਰੀਮ ਸਿੱਖ ਥਾਟ ਆ ਉਹ ਸਾਰਾ ਇੰਟਰਨੈਟ ਤੇ ਪਾ ਰਹੇ ਆ, ਤਾਂ ਹੀ ਉਹਨੂੰ ਸਾਰੇ ਪਾਸੇ ਲਿਜਾ ਰਹੇ ਆ। ਉਹ ਐਜੀਪੀ ਦੇ ਸਲਾਹਕਾਰ ਵੀ ਹੈਗੇ ਹਨ, ਇਸ ਕਰਕੇ ਕਰ ਰਹੇ ਸੀ ਐਸ ਨੇ ਵੀ ਇਹਦੇ ਵਾਸਤੇ ਜਿੰਨੇ ਵਿਦਵਾਨ ਤੁਸੀਂ ਬਾਹਰੋਂ ਵੀ ਰਾਏ ਹੋ, ਇੱਕ ਤਾਂ ਭਾਈ ਕਾਨ ਸੋ ਨਾਭਾ ਦੀ ਕਿਤਾਬ 1898 ਚ ਲਿਖ ਗਏ ਹਮ ਹਿੰਦੂ ਨਹੀਂ, ਉਹ ਸਾਰੇ ਪੜ੍ਹੋ ਉਹ ਪੜ੍ਹੋ, ਠੀਕ ਹੈ, ਉਹ ਬਿਲਕੁਲ ਰਿਫੂਟ ਕਰ ਦੋ, ਨੰਬਰ 2 ਸੂਰੇ ਪਰਿਵਾਰ ਵੱਲੋਂ ਇੱਕ ਕੁਛ ਰਾਈਟਰਾਂ ਦੀਆਂ ਲਿਖਤਾਂ ਇਕੱਠੀਆਂ ਕੀਤੀਆਂ ਗਈਆਂ, ਉਸਦਾ ਹੈਡਿੰਗ ਆ ਸਿੱਖ ਇੱਕ ਵੱਖਰੀ ਕੌਮ, ਸੂਰਾ ਪਰਿਵਾਰ ਨੂੰ ਸੂਰਾ ਅਖਬਾਰ ਕਰਦੇ ਖੰਡ ਕੀਤੀ ਹੈ ਸ਼ਾਇਦ, ਇਹ ਆਪਣੇ ਖਾਲਸਾ ਸਕੂਲ ਦੇ ਵਿੱਚ ਇਹ ਚੀਜ਼ ਪਈ ਹੈ, ਇੱਕ ਸੈਕਿੰਡ ਜੀ, ਖਾਲਸਾ ਸਕੂਲ ਦੇ ਵਿੱਚ ਇਹ ਕਿਤਾਬ ਪਈ ਹੈ, ਜੇ ਇੱਕ ਕਾਪੀ ਚਾਹੀਦੀ ਮੇਰੇ ਕੋਲ ਮਿਲ ਸਕਦੀ ਆ, ਤੇ ਇੰਗਲਿਸ਼ ਵਿੱਚ ਇਹ ਚਾਹੀਦੀ ਹਮ ਹਿੰਦੂ ਨਹੀਂ, ਇਹ ਟੋਰਾਂਟੋ ਕਿਤਾਬ ਅਵੇਲੇਬਲ ਹੈ, ਮੈਂ ਐਡਰੈਸ ਦੇ ਸਕਦਾ। ਗੁਰਮਤ ਆਪਣਾ ਇਹ ਹੋਇਆ ਵੀ ਆਪਾਂ ਕੋਈ ਵਾਦ ਵਿਵਾਦ ਨੀ ਛੇੜਨਾ, ਆਰ ਐਸ ਐਸ ਦੇ ਉਲਟ ਪੰਥਕ ਵਿਦਵਾਨਾਂ ਨੇ, ਗੁਰੂ ਘਰਾਂ ਨੇ ਤੇ ਸੰਤ ਸਮਾਜ ਨੇ, ਸਾਰਿਆਂ ਨੇ ਇਕੱਠੇ ਹੋ ਕੇ ਕੰਮ ਕਰਨਾ। ਮੇਰੇ ਚੇਤੇ ਹਮ ਹਿੰਦੂ ਨਹੀਂ ਹੈ ਕਿਤਾਬ ਦਾ ਨਾ,